ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਇਸ ਵਕਤ ਤੁਸੀਂ ਬਠਿੰਡਾ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਬੇਕਰਸਫੀਲਡ ਏਰੀਏ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਜ਼ਾਤ ਪਾਉਣ ਦੇ ਲਈ ਤੁਸੀਂ ਜਤਿੰਦਰ ਸਿੰਘ ਤੂਰ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 6617712 'ਤੇ। ਸਿੱਧੂ ਟਰੱਕ ਲਾਈਨਜ਼ ਵਾਲੇ ਕੁਲਵੰਤ ਸਿੰਘ ਸਿੱਧੂ ਨੂੰ ਸੋਲੋ ਅਤੇ ਟੀਮ ਡਰਾਈਵਰ ਚਾਹੀਦੇ ਨੇ, ਇਸ ਤੋਂ ਇਲਾਵਾ ਟਰੱਕ ਸ਼ਾਪ 'ਤੇ ਕੰਮ ਕਰਨ ਵਾਲੇ ਕਾਮਿਆਂ ਦੀ ਵੀ ਲੋੜ ਹੈ ਜੀ। ਸੰਪਰਕ ਕਰ ਸਕਦੇ ਹੋ ਕੁਲਵੰਤ ਸਿੰਘ ਸਿੱਧੂ ਨੂੰ 6617712 'ਤੇ। ਜੇ ਐਂਡ ਐਚ ਐਕਸਪ੍ਰੈਸ ਸੈਟਲ ਵਾਲੇ ਮਨਮੋਹਨ ਸਿੰਘ ਧਾਲੀਵਾਲ ਨੂੰ ਓਨਰ ਆਪਰੇਟਰ ਅਤੇ ਡਰਾਈਵਰ ਚਾਹੀਦੇ ਨੇ ਜੀ। ਫੋਨ ਨੰਬਰ ਹੈ 206-550-0088। ਇਹ ਤੁਹਾਡੀ ਸਹੂਲਤ ਹੈ ਜੀ। ਪੰਜਾਬੀ ਅਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ। ਸੈਟਲ ਏਰੀਏ 'ਚ ਲੋਕਲ ਕੰਮ ਹੈ, ਸੁਬਹਾ ਜਾ ਕੇ ਸ਼ਾਮ ਨੂੰ ਕਰੇ, ਸ਼ਾਮ ਨੂੰ ਜਾ ਕੇ ਸੁਬਹਾ ਕਰੇ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ ਆਪਰੇਟਰ ਅਤੇ ਡਰਾਈਵਰਾਂ ਦੀ ਹਾਇਰਿੰਗ ਕਰ ਰਹੀ ਹੈ ਜੀ। ਲੋਕਲ ਵਰਕ ਹੈ ਜੀ, ਸੈਟਲ ਏਰੀਏ ਦੇ ਵਿੱਚ ਹੋਮ ਡੇਲੀ ਜਾ ਸਕਦੇ ਹੋ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ 'ਚ ਹੈ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 206-354-4060 ਜਾਂ ਫਿਰ ਜਗਦੇਵ ਸੰਧੂ ਹੋਰਾਂ ਨਾਲ 253-266-6924 'ਤੇ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਆਪਣੀ ਐਡ ਦੇਣੀ ਚਾਹੁੰਦੇ, ਵਪਾਰਕ ਅਦਾਰੇ ਦਾ ਬਿਜ਼ਨਸ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ 9780141741 'ਤੇ। ਰੇਡੀਓ ਪੰਜਾਬ ਟੂਡੇ ਲਗਾਤਾਰ ਪਿਛਲੇ ਇੱਕ ਮਹੀਨਾ ਤੋਂ ਉੱਪਰ ਜੇ ਆਪਾਂ ਗੱਲ ਕਰੀਏ ਤਾਂ ਸਮਾਂ ਹੋ ਗਿਆ ਦਿੱਲੀ ਚੱਲ ਰਹੇ ਕਿਸਾਨੀ ਸੰਘਰਸ਼ ਦੀਆਂ ਖਬਰਾਂ ਨਾਲ ਤੁਹਾਨੂੰ ਰੂਬਰੂ ਕਰਾਉਂਦਾ ਆ ਰਿਹਾ। ਉੱਥੇ ਜਾ ਕੇ ਵੀ ਕਵਰੇਜ ਕੀਤੀ ਜਾ ਰਹੀ ਹੈ, ਪੱਤਰਕਾਰ ਸਾਹਿਬਾਨ ਵੀ ਉੱਥੇ ਨੇ ਅਤੇ ਸਾਡੇ ਖਾਸ ਮਹਿਮਾਨ ਹੁੰਦੇ ਨੇ ਸੋਮਵਾਰ ਨੂੰ ਲੁਧਿਆਣੇ ਤੋਂ ਸ਼ਿਵਿੰਦਰ ਜੀ ਚੰਡੀਗੜ੍ਹ ਤੋਂ, ਅਤੇ ਉਹ ਵੀ ਹੁਣ ਜਾ ਕੇ ਆਏ ਨੇ, ਲਗਾਤਾਰ ਉੱਥੇ ਨਿਗਾਹ ਬਣਾਏ ਰੱਖੀ ਹੈ। ਉਹਨਾਂ ਤੋਂ ਜਾਣਦੇ ਹਾਂ ਕਿ ਖਾਸ ਨਜ਼ਰੀਆ ਜਿਹੜਾ ਉਹਨਾਂ ਦਾ ਇਸ ਕਿਸਾਨ ਅੰਦੋਲਨ 'ਚ। ਪੂਰਾ ਇੱਕ ਮਹੀਨਾ ਹੋ ਗਿਆ, ਇੱਕ ਮਹੀਨਾ ਥੋੜ੍ਹਾ ਨਹੀਂ ਹੁੰਦਾ। ਸ਼ਿਵ ਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਜੀ। ਸ਼ਿਵਿੰਦਰ ਜੀ, ਇੱਕ ਮਹੀਨਾ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ, ਦਿੱਲੀ ਦੀਆਂ ਸੜਕਾਂ ਬੰਦ ਹੋ ਜਾਣਗੀਆਂ। ਦਿੱਲੀ ਰਾਜਧਾਨੀ ਹੈ, ਦਿਲ ਹੁੰਦਾ ਦੇਸ਼ ਦਾ, ਕੀ ਦਿਲ ਇੰਨਾ ਹੀ ਜ਼ਿਆਦਾ ਜ਼ਾਲਿਮ ਹੋ ਗਿਆ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਕਿ ਉਹਨੇ ਧੜਕਣ ਸੁਣਨੀ ਬੰਦ ਕਰ ਦਿੱਤੀ ਹੈ ਸਰੀਰ ਜੀ? ਬਿਲਕੁਲ ਜੀ। ਦਾਨੀ ਅਲੀ ਸਾਹਿਬ, ਮੈਂ ਕੱਲ ਹੀ ਜਾ ਕੇ ਆਇਆ ਵਾਪਸ, ਕੱਲ ਹੀ ਇੱਕ ਦਿਨ ਲਈ ਗਿਆ ਸੀ ਉਸ ਵਿੱਚ ਮੈਂ ਜੀ। ਹੁਣ ਦੁਬਾਰੇ ਮੇਰਾ ਮੈਂ 30-31 ਨੂੰ ਫਿਰ ਜਾਵਾਂਗਾ, 30-31 ਨੂੰ ਮੈਂ 4-5 ਦਿਨ ਲਈ ਜਾਵਾਂਗਾ, ਲੇਕਿਨ ਕੱਲ ਮੈਂ ਇੱਕ ਦਿਨ ਲਈ ਗਿਆ ਸੀਗਾ ਜੀ। ਇਹਦੇ ਵਿੱਚ ਜਿਹੜੀ ਅਜੇ ਤੱਕ ਗਵਰਨਮੈਂਟ, ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਆਪਾਂ ਨੂੰ ਵੀ ਉਹ ਮੰਨਣ ਤੇ ਨਹੀਂ ਆਈ ਹੋਈ ਹੈਗੀ, ਲੇਕਿਨ ਉੱਥੇ ਜੋ ਚੀਜ਼ ਦੇਖਣ ਵਾਲੀ ਹੈ, ਮਤਲਬ ਮੈਂ ਜੋ ਪਹਿਲਾਂ ਗਿਆ ਸੀ ਤੇ ਹੁਣ ਗਿਆ, ਉਹਦੇ ਕੁਛ ਦਿਨਾਂ ਦੇ ਵਿਚਲਾ ਜਿਹੜਾ ਫਰਕ ਆਇਆ, ਮਤਲਬ 10 ਦਿਨ ਦੇ ਵਿੱਚ ਜੋ ਫਰਕ ਮੈਂ ਮਹਿਸੂਸ ਕੀਤਾ, ਤਾਂ ਗਿਣਤੀ ਬਹੁਤ ਵੱਧ ਗਈ ਹੈ, ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਵੇਂ ਸਰਕਾਰ ਇਸ ਅੰਦੋਲਨ ਨੂੰ ਪਿੱਛੇ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ, ਵੀ ਇਹਨੂੰ ਲੰਮਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਨਾਂ ਮਜ਼ਬੂਤ ਹੋ ਰਿਹਾ। ਕੱਲ ਮੇਰੇ ਹੁੰਦੇ ਹੁੰਦੇ ਹੀ ਕੁਝ ਜਿਹੜੇ ਆਪਣੇ ਸਨਅਤੀ ਮਜ਼ਦੂਰ ਨੇ ਨਾ, ਸਨਅਤੀ ਮਜ਼ਦੂਰਾਂ ਦੇ ਗਰੁੱਪ ਕਈ ਸੂਬਿਆਂ ਦੇ, ਜਿਹਦੇ ਵਿੱਚ ਕੇਰਲ ਦੇ, ਕਰਨਾਟਕ ਦੇ, ਬੰਗਾਲ ਦੇ, ਦਿੱਲੀ ਤੋਂ ਸੀਗੇ, ਉਹਦੇ ਵਿੱਚ ਪੰਜਾਬ ਵਾਲੇ ਵੀ ਸਨਅਤੀ ਮਜ਼ਦੂਰਾਂ ਦਾ ਗਰੁੱਪ ਉੱਥੇ ਗਿਆ ਸੀ, ਇਨਕਲਾਬੀ ਕੇਂਦਰ ਵੱਲੋਂ ਗਿਆ ਸੀਗਾ, ਤੇ ਇਹ ਸਾਰੇ ਮਤਲਬ ਕੁੱਲ ਮਿਲਾ ਕੇ 8-10 ਗਰੁੱਪ ਸੀਗੇ ਜੋ ਡਿਫਰੈਂਟ ਡਿਫਰੈਂਟ ਆਏ, ਤੇ ਮੈਂ ਸਾਰਿਆਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ। ਉਹਨਾਂ ਨੇ ਕਿਸਾਨ ਸੰਘਰਸ਼ ਨੂੰ ਹਮਾਇਤ ਦਿੱਤੀ ਹੈ ਆਪਣੀ, ਤੇ ਮਹਾਰਾਸ਼ਟਰ ਤੋਂ ਇੱਕ ਗਰੁੱਪ ਆਇਆ ਹੋਇਆ ਸੀ, ਕਿਸਾਨਾਂ ਦਾ ਗਰੁੱਪ ਸੀਗਾ ਤੇ ਮਜ਼ਦੂਰਾਂ ਦਾ ਸੀ, ਉਹਨਾਂ ਦਾ ਕਹਿਣਾ ਸੀ ਕਿ 2400 ਦੇ ਕਰੀਬ ਉਹ ਪਹੁੰਚ ਚੁੱਕੇ ਨੇ ਟਿਕਰੀ ਬਾਰਡਰ ਦੇ ਉੱਤੇ, ਉਹ ਆਏ ਹੋਏ ਨੇ, ਕੁਛ ਸਿੰਘੂ ਤੇ ਆ ਗਏ ਸੀ, ਉਹ ਕਹਿੰਦੇ ਕਿ ਬਾਕੀ ਬਹੁਤ ਸਾਰੇ ਸਾਨੂੰ ਰੋਕਿਆ ਹੋਇਆ ਹੈਗਾ ਰਸਤੇ ਦੇ ਵਿੱਚ, ਮਤਲਬ ਅਸੀਂ ਜਦੋਂ ਮਤਲਬ ਉਹ ਆਏ ਤਾਂ ਉਹ ਗਿਣਤੀ ਬਹੁਤ ਵੱਡੀ ਹੋਊਗੀ, ਤੇ ਉਹਨਾਂ ਦੇ ਵਿੱਚੋਂ ਇੱਕ ਜੋ ਉਹਨਾਂ ਦਾ ਆਗੂ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਜੋ 2 ਸਾਲ ਪਹਿਲਾਂ ਜਿਹਨਾਂ ਕਿਸਾਨਾਂ ਨੇ
ਬੰਬੇ ਨੂੰ ਜਾਮ ਕੀਤਾ ਸੀਗਾ ਮੁੰਬਈ ਨੂੰ, ਇਹ ਉਹੀ ਲੋਕ ਹੈਗੇ ਨੇ, ਇਹ ਉਹੀ ਕਿਸਾਨ ਮਜ਼ਦੂਰ ਨੇ ਜਿਹਨਾਂ ਨੇ ਰਲ ਕੇ ਮੁੰਬਈ ਦੀਆਂ ਸੜਕਾਂ ਉੱਤੇ ਕਾਬਜ਼ ਹੋ ਗਏ ਸੀ ਤੇ ਮੁੰਬਈ ਵਾਸੀਆਂ ਨੇ ਉਹਨਾਂ ਦਾ ਖੂਬ ਬੜਾ ਵਧੀਆ ਸਵਾਗਤ ਕੀਤਾ ਸੀ ਉੱਥੇ ਪਹੁੰਚ ਕੇ ਜਿਹਨਾਂ, ਤੇ ਉਹੀ ਸੰਗਠਨ ਦੇ ਲੋਕ ਨੇ, ਉਹਨਾਂ ਦੀ ਗਿਣਤੀ ਉਹਨਾਂ ਨੇ ਦੱਸਿਆ ਹਾਲੇ ਕਾਫੀ ਹਜ਼ਾਰ ਹੈਗੀ ਹੈ, ਜੋ ਪਿੱਛੋਂ ਹੈਗੀ ਹੈ ਲੇਕਿਨ 2400 ਦੇ ਕਰੀਬ ਤੋਂ ਪਹੁੰਚ ਚੁੱਕੇ ਹੈਗੇ ਨੇ। ਹਾਲੇ ਕਿੰਨੇ ਸੌ ਦੱਸ ਰਹੇ ਸੀ ਮੈਨੂੰ ਕਿ ਸਾਡੀਆਂ ਜਿਹੜੀਆਂ ਟਰਾਲੀਆਂ ਵਗੈਰਾ ਨੇ ਉਹ ਉੱਥੇ ਰੁਕੀਆਂ ਹੋਈਆਂ ਨੇ। ਕਹਿਣ ਦਾ ਮਤਲਬ ਹੈਗਾ ਕਿ ਸੰਘਰਸ਼ ਕਿ ਕਾਫੀ ਮਜ਼ਬੂਤ ਹੁੰਦਾ ਜਾ ਰਿਹਾ, ਇਹਦੇ ਵਿੱਚ ਸਾਇਨ ਇਹੀ ਨੇ ਤੇ ਸਰਕਾਰ ਜਿੰਨਾ ਇਹਨੂੰ ਲੰਮਾ ਪਾਊਗੀ। ਇਹ ਕਹਾਣੀ ਸਰਕਾਰ ਦੇ ਉਲਟ ਜਾਂਦੀ ਅੱਜ, ਭਾਵੇਂ ਕਿ ਸਰਕਾਰ ਨੇ ਕਿਹਾ ਕਿ 30 ਤਰੀਕ ਦਾ ਆਪਣਾ ਟਾਈਮ ਦਿੱਤਾ ਗੱਲਬਾਤ ਲਈ, ਪਰ ਉਹਦੀ ਜਿਹੜੀ ਚਿੱਠੀ ਇੱਕ ਸਾਡੇ ਸਾਹਮਣੇ ਆਈ ਆ ਉਹਦੇ ਵਿੱਚ ਉਹੀ 40 ਸੰਗਠਨਾਂ ਦੇ 40 ਲੀਡਰਾਂ ਨੂੰ ਉਹਦੇ ਵਿੱਚ ਸੱਦਾ ਦਿੱਤਾ ਗਿਆ, ਕਿਉਂਕਿ ਕਿਸਾਨ ਜਥੇਬੰਦੀਆਂ ਨੇ 29 ਤਰੀਕ ਦਿੱਤੀ ਸੀ, 29 ਤਰੀਕ ਵਿੱਚ ਵੀ ਉਹ ਇਸ ਬਿਨਾਂ ਤੇ ਦਿੱਤੀ ਸੀ ਕਿ ਜੇ ਤੁਸੀਂ ਸਾਡੇ ਕੁਛ ਘੱਟੋ ਘੱਟ ਪ੍ਰੋਗਰਾਮਾਂ ਬਾਰੇ ਗੱਲ ਕਰੋਗੇ, ਜੇ ਪੁਰਾਣੀਆਂ ਗੱਲਾਂ ਕੀਤੀਆਂ ਫਿਰ ਨੀ ਅਸੀਂ ਆਉਣਾ ਹੈਗਾ, ਪੁਰਾਣੀਆਂ ਗੱਲਾਂ ਤੁਸੀਂ ਉਹੀ ਵਾਰ ਵਾਰ ਰਿਪੀਟ ਕਰਨਾ ਫਿਰ ਨੀ ਆਉਣਾ। ਜਿਹੜੀਆਂ ਉਹਨਾਂ ਨੇ ਕੁਝ ਸ਼ਰਤਾਂ ਰੱਖੀਆਂ ਸੀ ਕਿਸਾਨ ਜਥੇਬੰਦੀਆਂ ਨੇ, ਜਿਵੇਂ ਪਹਿਲੀ ਗੱਲ ਤਾਂ ਉਹਨਾਂ ਨੇ ਰੱਖੀ ਸੀ ਵੀ ਆਹ ਜਿਹੜੀਆਂ ਸਾਡੀਆਂ ਸ਼ਰਤਾਂ, ਜੇ ਤੁਸੀਂ ਕੋਈ ਅਮਲ ਕਰ ਰਹੇ ਹੋ ਜਾਂ ਅਮਲ ਕਰਨ ਦੀ ਪ੍ਰਕਿਰਿਆ ਵਿੱਚ ਹੋ ਤਾਂ ਦੱਸੋ, ਤਾਂ ਬੈਠਾਂਗੇ, ਨਹੀਂ ਨੀ ਬਹਿਣਾ। ਇੱਕ ਤਾਂ ਸੀਗੀ ਕਿ ਤੁਸੀਂ 3 ਕਾਨੂੰਨ ਰੱਦ ਕਰਨ ਲਈ ਕੀ ਕਰ ਰਹੇ ਹੈਗੇ ਹੋ, ਤੁਸੀਂ ਐਮ ਐਸ ਪੀ ਦੇ ਨੂੰ ਜਿਹੜਾ ਕਾਨੂੰਨੀ ਤੌਰ ਤੇ ਜਾਮਾ ਪਹਿਨਾਉਣ ਲਈ ਕੀ ਕਾਰਵਾਈ ਸ਼ੁਰੂ ਕੀਤੀ ਹੈ, ਤੁਸੀਂ ਜਿਹੜੇ ਆਪਣੇ ਦੋ ਹੈਗੇ ਨੇ ਬਿੱਲ, ਜਿਵੇਂ ਇੱਕ ਤਾਂ ਜਿਹੜਾ ਇਹਨਾਂ ਨੇ ਪਰਾਲੀ ਵਾਲੇ ਮਾਮਲੇ ਵਿੱਚ ਕੀਤਾ ਹੋਇਆ ਤੇ ਇੱਕ ਬਿਜਲੀ ਵਾਲੇ ਚ, ਉਸ ਮਾਮਲੇ ਵਿੱਚ ਕੀ ਕੋਈ ਕਾਰਵਾਈ ਕੀਤੀ ਹੈ ਕਿ ਨਹੀਂ ਕੀਤੀ ਹੈ। ਇਹਨਾਂ ਮੁੱਦਾਂ ਦੇ ਉੱਤੇ ਘੱਟੋ ਘੱਟ ਜੇ ਤਾਂ ਤੁਸੀਂ ਕੋਈ ਜਾਬ ਆਪਣਾ ਬਣਾਇਆ ਹੈਗਾ, ਕੋਈ ਗੱਲਬਾਤ ਤੁਸੀਂ ਕੋਈ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈ, ਤਾਂ ਅਸੀਂ ਗੱਲਬਾਤ ਕਰਾਂਗੇ। ਜੇ ਉਹੀ ਪੁਰਾਣੀਆਂ ਗੱਲਾਂ ਹੀ ਰਿਪੀਟ ਕਰੋਗੇ ਫਿਰ ਨੀ ਕਰਨੀਆਂ ਹੈਗੀਆਂ। ਹੁਣ ਇਹ ਜਿਹੜੀ ਚਿੱਠੀ ਭੇਜੀ ਹੈ, ਹੁਣ ਚਿੱਠੀ ਵਿੱਚ ਹਾਲੇ ਤੱਕ ਇਹ ਨੀ ਮੈਨੂੰ ਪਤਾ ਲੱਗ ਸਕਿਆ, ਜਿਸ ਰੂਪ ਚ ਮੀਡੀਆ ਵਿੱਚ ਹਾਲੇ 2 ਘੰਟੇ ਪਹਿਲਾਂ ਹੀ ਨਸ਼ਰ ਹੋਈ ਹੈ ਕਿ 2 ਜਾਂ 2.5 ਘੰਟੇ ਵੀ ਇਹਨਾਂ ਨੇ 40 ਜਥੇਬੰਦੀਆਂ ਨੂੰ ਉਦੋਂ ਹੀ ਭੇਜ ਦਿੱਤਾ ਸੀਗਾ, ਉਹ 30 ਤਰੀਕ ਦਾ ਭੇਜਿਆ, ਪਰ ਉਹਦੇ ਵਿੱਚ 30 ਤਰੀਕ ਦਾ ਹਾਂਜੀ, ਤੇ ਉਹਦੇ ਵਿੱਚ 40 ਆਗੂ ਹੋਣਗੇ ਇਹਨਾਂ ਦੇ। ਹੁਣ ਇਹ ਸਪਸ਼ਟ ਨਹੀਂ ਹੋ ਸਕਿਆ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸ਼ਰਤਾਂ ਰੱਖੀਆਂ ਕੀ ਸਰਕਾਰ ਉਹ ਮੰਨੂਗੀ, ਉਹਦੇ ਤਹਿਤ ਗੱਲਬਾਤ ਕਰ ਰਹੀ ਹੈ ਜਾਂ ਕਿਵੇਂ, ਕਿਉਂਕਿ ਇੱਕ ਗੱਲ ਸਾਫ਼ ਆ, ਜੇ ਮਤਲਬ ਉਹਦੇ ਤਹਿਤ ਨਹੀਂ ਕਰ ਰਹੀ ਫਿਰ ਤਾਂ ਗੱਲ ਸਾਫ਼ ਹੈ ਕਿ ਉਹਨਾਂ ਨੇ ਨਹੀਂ ਜਾਣਾ ਕਿਸਾਨ ਜਥੇਬੰਦੀਆਂ ਨੇ, ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਹੈਗਾ। ਜੇ ਇਹਨਾਂ ਨੇ ਕਿਹਾ ਇਹਦੇ ਵਿੱਚ ਇਹ ਗੱਲ ਹੋਈ ਕਿ ਅਸੀਂ ਕਰਾਂਗੇ, ਕਿਉਂਕਿ ਮੈਨੂੰ ਲੱਗਦੀ ਤਾਂ ਨੀ ਮੈਨੂੰ, ਕਿਉਂਕਿ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣੋ ਤੇ ਲਗਾਤਾਰ ਬੀਜੇਪੀ ਦੇ ਲੀਡਰਾਂ ਦਾ ਜਿਹੜਾ ਹੈਗਾ ਬਿਆਨਬਾਜ਼ੀ ਸੁਣੋ। ਇਹ ਅਸਲ ਵਿੱਚ ਕਹਾਣੀ ਇਹ ਸੀਗੀ ਕਿ ਇਦੋਂ ਪਹਿਲਾਂ 2 ਦਿਨ ਪਹਿਲਾਂ ਜਾਂ 3 ਦਿਨ ਪਹਿਲਾਂ ਕਹਾਣੀ ਇਹ ਸੀ ਕਿ ਇਹ ਅਸਲ ਚ ਕਿਸਾਨਾਂ ਦੇ ਪਾਲੇ ਵਿੱਚ ਗੇਂਦ ਸੁੱਕੀ ਚਾਹੁੰਦੇ ਸੀਗੇ ਵੀ ਕਿਸਾਨ ਜਿਹੜੇ ਗੱਲਬਾਤ ਕਰਕੇ ਨੀ ਰਾਜ਼ੀ ਹੈਗੇ, ਤੇ ਕਿਸਾਨ ਨੇ ਜਿਹੜੀ 2 ਦਿਨ ਪਹਿਲਾਂ ਆਪਣਾ ਐਲਾਨ ਕੀਤਾ ਹੈਗਾ 38 ਤਰੀਕ ਵਾਲੀ ਮੀਟਿੰਗ ਦਾ ਸੱਦਾ ਪੱਤਰ ਭੇਜਿਆ ਹੈਗਾ ਸ਼ਰਤਾਂ ਦੇ ਨਾਲ, ਉਹਦੇ ਵਿੱਚ ਕਿਸਾਨਾਂ ਨੇ ਹੁਣ ਗੇਂਦ ਜਿਹੜੀ ਸੈਂਟਰ ਦੇ ਪਾਲੇ ਸਿੱਟ ਦਿੱਤੀ ਸੀ। ਹੁਣ ਮੈਨੂੰ ਲੱਗਦਾ ਕਿ ਜਿਹੜਾ 30 ਤਰੀਕ ਦੇ ਵਿੱਚ ਜੇ ਉਹ ਜ਼ਿਕਰ ਨਾ ਹੋਇਆ ਵੀ ਅਸੀਂ ਉਹ 4 ਪ੍ਰਕਿਰਿਆਵਾਂ ਨੂੰ ਨਹੀਂ ਫੋਲੋ ਕਰਦੇ, ਤਾਂ ਫਿਰ ਕਹਾਣੀ ਜਿਹੜੀ ਆਮ ਲੋਕਾਂ ਨੂੰ ਸਮਝ ਆਉਂਦੀ ਆ ਉਹ ਇਹੀ ਹੈ ਕਿ ਸੈਂਟਰ ਗਵਰਨਮੈਂਟ ਸਿਰਫ ਤੇ ਸਿਰਫ ਆਪਣੀ ਜਿੱਦ ਪਕਾਈ ਬੈਠੀ ਹੈ, ਹੋਰ ਕੁਛ ਨੀ ਹੈਗਾ, ਤੇ ਉਹ ਜਿੱਦ ਵੀ ਪੂਰੀ ਤਰ੍ਹਾਂ ਐਕਸਪੋਜ ਹੋ ਰਹੀ ਹੈ, ਕਿਉਂਕਿ ਥੋੜਾ ਕਰੈਕਟਰ ਕਾਫੀ ਹੱਦ ਤੱਕ ਲੂਜ਼ ਹੈ ਨਾ ਇਹਦੇ ਵਿੱਚ। ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੈਗਾ ਕਿ ਜਿਹੜੇ ਕਿਸਾਨ ਧਰਨੇ ਤੇ ਬੈਠੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ, ਦੂਜੇ ਪਾਸੇ ਅੱਜ ਹੀ ਜਿਹੜਾ ਖੇਤੀਬਾੜੀ ਮੰਤਰੀ ਤੋਮਰ ਹੈ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਉਹ ਕਹਿ ਰਿਹਾ ਕਿ ਮੈਨੂੰ ਜੀ ਬਹੁਤ ਸਾਰੇ ਇਹੋ ਜਿਹੇ ਕਿਸਾਨ ਸੰਗਠਨ ਅੱਜ ਮਿਲੇ ਨੇ ਜਿਨ੍ਹਾਂ ਨੇ ਮੈਨੂੰ ਹਮਾਇਤ ਕੀਤੀ ਹੈ ਜੀ, ਮੇਰੇ ਨਾਲ ਹਮਾਇਤ ਨੇ, ਤੇ ਅਸ਼ਵਨੀ ਸ਼ਰਮਾ ਜਿਹੜਾ ਪੰਜਾਬ ਵਾਲਾ ਉਹਦਾ ਚ ਬਿਆਨ ਆਇਆ ਕਿ ਪੰਜਾਬ ਦੇ ਨਕਲੀ ਕਿਸਾਨ ਹੈਗੇ ਨੇ ਜਿਹੜੇ ਕਿ ਉੱਥੇ ਬੈਠੇ ਹੈਗੇ ਨੇ ਸਰਹੱਦਾਂ ਦੇ ਉੱਤੇ, ਤੇ ਇਹਨਾਂ ਨੂੰ ਪੰਜਾਬ ਵਾਲੀ ਜਿਹੜੀ ਕਾਂਗਰਸ ਸਰਕਾਰ ਸਪੋਰਟ ਦੇ ਰਹੀ ਹੈ। ਮਤਲਬ ਜੇ ਤੁਸੀਂ ਕਿਸੇ ਨਾਲ ਗੱਲ ਕਰਨੀ ਹੁੰਦੀ ਹੈ ਬਈ, ਉਹ ਗੱਲ ਕਰਨ ਵਾਲੇ ਬੰਦੇ ਨਾਲ ਤੁਸੀਂ ਨਾ ਇਸ ਤਰ੍ਹਾਂ ਨਹੀਂ ਕਰਦੇ ਹੁੰਦੇ ਵੀ ਉਹਦੀ ਤੁਸੀਂ ਨਿਰਾਦਰ ਕਰੋ ਵੀ ਉਹਨੂੰ ਕਹੋ ਵੀ ਇਹ ਤਾਂ ਕਿਸਾਨ ਹੀ ਨਹੀਂ ਹੈਗਾ, ਇਹ ਨਹੀਂ ਹੈਗਾ,
ਇਹਦਾ ਮਤਲਬ ਥੋੜ੍ਹਾ ਤੁਸੀਂ ਦੋਹੇ ਪਾਸਿਓਂ ਜਿਹੜਾ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇੱਕ ਪਾਸੇ ਤਾਂ ਵੀ ਇਹਨਾਂ ਨੂੰ ਇੱਦਾਂ ਬਦਨਾਮ ਕੀਤਾ ਜਾਵੇ, ਦੂਜੇ ਪਾਸੇ ਵੀ ਅਸੀਂ ਜੀ ਗੱਲਬਾਤ ਕਰਨ ਲਈ ਚਾਹੁੰਦੇ, ਇਹ ਤਾਂ ਆਪ ਨੀ ਗੱਲਬਾਤ ਕਰਦੇ, ਬੜੇ ਨਿਮਾਣੇ ਜੇ ਬਣਨਾ ਚਾਹੁੰਦੇ ਹੈਗੇ ਹੋ। ਇਹ ਜਿਹੜੀਆਂ ਚਤਰਾਈਆਂ ਨੇ, ਇਹ ਚਤਰਾਈਆਂ ਦਾ ਹੁਣ ਕਿਸਾਨ ਜਥੇਬੰਦੀਆਂ ਦੇ ਲੀਡਰ ਆਪਣੀ ਸੂਹ ਸਿਆਣਪ ਨਾਲ ਜਵਾਬ ਦੇ ਰਹੇ ਨੇ। ਉਹਨਾਂ ਦੀ ਸੂਹ ਸਿਆਣਪ ਇਹੀ ਦਿਖ ਰਹੀ ਹੈ ਕਿ ਅੰਦੋਲਨ ਨੂੰ ਫੇਲ ਕਰਨ ਵਾਸਤੇ ਇੱਕ ਸਰਕਾਰ ਲੱਗੀ ਆ, ਇੱਕ ਉਹਨੇ ਆਪਣੇ ਅੰਦਰ ਤੇ ਬਾਹਰ ਬੰਦੇ ਛੱਡੇ ਹੋਏ ਨੇ। ਅੰਦਰਲੇ ਬੰਦੇ ਉਹ ਹੈਗੇ ਨੇ ਜਿਹੜੇ ਕਿ ਦੀਪ ਸਿੱਧੂ ਟਾਈਪ ਬੰਦੇ ਹੈਗੇ ਨੇ, ਜਿਹੜਾ ਕਿ ਜਿਹੜੇ ਕਿ ਆਏ ਦਿਨ ਬਕਵਾਸ ਕਰਦੇ ਨੇ ਕੁਛ ਨਾ ਕੁਛ ਸੋਸ਼ਲ ਮੀਡੀਆ ਦੇ ਉੱਤੇ। ਇੱਕ ਹੈਗੇ ਨੇ ਬਾਹਰ ਵੀ, ਕਦੇ ਕਿਸਾਨ ਜਥੇਬੰਦੀਆਂ ਨੇ ਕੋਈ ਉੱਥੋਂ ਲੜਕਾ ਫੜ ਲਿਆ, ਲੜਕੀ ਫੜ ਲਈ, ਕਦੇ ਕੋਈ ਏਦਾਂ ਦੇ ਬੀਜੇਪੀ ਦੇ ਜਿਹੜੇ ਹੈਗੇ ਪ੍ਰੋਪੇਗੰਡਾ ਕਰਨ ਵਾਲਾ ਸੈੱਲ ਹੋ ਗਿਆ ਹੈ, ਤੇ ਉਹ ਸਾਰੇ ਦਾ ਬੜੀ ਸੂਝਬੂਝ ਨਾਲ ਹਾਲ ਦੀ ਘੜੀ ਜਿਹੜਾ ਕਿਸਾਨ ਮੁਕਾਬਲਾ ਕਰ ਰਹੇ ਨੇ ਜੀ। ਵੈਸੇ ਇੱਕ ਬਹੁਤ ਵੱਡੀ ਚੀਜ਼ ਹੈ ਕਿ ਲਗਾਤਾਰ ਤੁਹਾਨੂੰ ਵੀ ਪਤਾ ਕਿ ਤੁਸੀਂ ਵੀ ਸਾਨੂੰ, ਜਿਵੇਂ ਸੰਘਰਸ਼ ਲੰਮਾ ਹੁੰਦਾ ਹੈ ਆਮ ਤੌਰ ਦੇ ਉੱਤੇ, ਜਿੰਨੀ ਜੰਗ ਲੰਮੀ ਹੋ ਜਾਂਦੀ ਉਨੀ ਕਮਜ਼ੋਰ ਵੀ ਹੋ ਜਾਂਦੀ ਹੈ, ਪਰ ਇਹ ਜਿਵੇਂ ਤੁਸੀਂ ਆਖਿਆ ਕਿ ਲਗਾਤਾਰ ਇਹ ਕਾਮਯਾਬੀ ਜਿਹੜੀ ਹੈ ਮਜ਼ਬੂਤ ਹੋ ਰਹੀ ਹੈ, ਪਰ ਕਹਿੰਦੇ ਹੁੰਦੇ ਨਾ ਕਿ ਕਮਜ਼ੋਰ ਕੜੀ ਕੌਣ, ਇੱਕ ਡਰਾਮਾ ਚੱਲਦਾ ਸੀ, ਸੀਰੀਅਲ ਆਉਂਦਾ ਹੁੰਦਾ ਸੀ ਕਮਜ਼ੋਰ ਕੜੀ ਕੌਣ, ਅਤੇ ਉਹ ਜਿਵੇਂ ਅਸੀਂ ਜਾਂ ਅਸੀਂ ਸਕੂਲ 'ਚ ਖੇਡਦੇ ਕਹਿੰਦੇ ਹੁੰਦੇ ਚੌਲ ਲੱਭ ਲਿਆ, ਕਿਉਂਕਿ ਚੌਲ ਲੱਭਣਾ ਹੁੰਦਾ ਸੀ ਮਾੜਾ ਬੰਦਾ ਲੱਭ ਲਿਆ। ਹੁਣ ਸਰਕਾਰ ਵੀ ਕਿਤੇ ਨਾ ਕਿਤੇ ਇਹੋ ਜਿਹੇ ਚੌਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸੰਘਰਸ਼ ਨੂੰ ਕਿਵੇਂ ਨਾ ਕਿਵੇਂ ਕਰਕੇ, ਕਿਉਂਕਿ ਦੇਖੋ ਇੱਕ ਜੇਕਰ ਆਪਾਂ ਸਿੱਧੇ ਤੌਰ 'ਤੇ ਗੱਲ ਆਖੀਏ, ਕਿ ਮੈਂ ਇੰਗਲਿਸ਼ ਦੇ ਵਿੱਚ ਬੜੀ ਵਧੀਆ ਉਹ ਚੀਜ਼ ਪਾਈ ਹੋਈ ਹੈ, ਬੜੀ ਸ਼ੇਅਰ ਵੀ ਹੋਈ ਹੈ ਮੇਰੇ ਆਪਣੇ ਪ੍ਰੋਫਾਈਲ ਦੇ ਉੱਤੇ, ਕਿ ਇਹ ਕਾਨੂੰਨ ਬਣਿਆ ਤਾਂ ਬਣਿਆ ਕਿਵੇਂ, ਕਿਉਂਕਿ ਦੇਖੋ ਦੋ ਜਣਿਆਂ ਨੂੰ ਇਹ ਫਾਇਦਾ ਪਹੁੰਚਾਉਣਾ ਚਾਹੁੰਦੇ ਸੀ ਕਾਰਪੋਰੇਟ ਨੂੰ, ਹੁਣ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਸੀ ਉਹ ਜਿਹੜੀ ਫਸਲ ਜੇ ਖਰੀਦਦੇ ਸੀਗੇ ਕੀ ਕਹਿੰਦੇ ਆਪਣੇ ਸੂਬਿਆਂ 'ਚ, ਉੱਥੇ ਸੂਬਿਆਂ ਦਾ ਕਾਨੂੰਨ ਸੀ, ਉਹਨਾਂ ਨੇ ਸੂਬਿਆਂ ਦਾ ਕਾਨੂੰਨ ਚੱਕਤਾ, ਫਿਰ ਆ ਗਿਆ ਸੀਗਾ ਗੱਲ ਭੰਡਾਰਨ ਦੀ, ਕਹਿਣ ਤੋਂ ਭਾਵ ਸਟਾਕ ਦੀ, ਉਹਨਾਂ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਚੱਕਤਾ, ਸੋ ਕਹਿਣ ਤੋਂ ਭਾਵ ਵੀ ਫਾਇਦਾ ਤਾਂ ਉਹਨਾਂ ਬੰਦਿਆਂ ਨੂੰ ਪਹੁੰਚਾਇਆ ਜਾ ਰਿਹਾ ਸੀਗਾ। ਪਰ ਹੁਣ ਇੱਕ ਚੀਜ਼ ਆ ਗਈ ਕਿ ਹੁਣ ਜੇ ਆਪਾਂ ਗੱਲ ਆਖੀਏ ਤਾਂ ਬੀਜੇਪੀ ਅੰਦਰ ਖਾਤੇ ਟੁੱਟਦੀ ਨਜ਼ਰ ਆ ਰਹੀ ਹੈ, ਉਹ ਥੱਕਦੀ ਨਜ਼ਰ ਆ ਰਹੀ ਹੈ, ਬੀਜੇਪੀ ਤਾਂ ਥੱਕਦੀ ਨਜ਼ਰ ਆ ਰਹੀ ਹੈ, ਪਰ ਪ੍ਰਧਾਨ ਮੰਤਰੀ ਮੋਦੀ ਥੱਕਿਆ ਕਿ ਨਹੀਂ ਥੱਕਿਆ, ਜਾਂ ਆਪਾਂ ਕਈ ਕਹਿੰਦੇ ਹੁੰਦੇ ਕਿ ਦੰਦ ਕੱਢੇ ਨਿਕਲ ਚੁੱਕੇ ਹੁੰਦੇ, ਪਰ ਫਕਾਰਾ ਸਭ ਭੂਮੀ ਮਾਰਦਾ ਵੀ ਜਿੰਨੀ ਦੇਰ ਡਰਦੇ ਡਰਾ ਲਈਏ। ਨਹੀਂ, ਬੀਜੇਪੀ ਦੀ ਸਭ ਤੋਂ ਵੱਡੀ ਜਿਹੜੀ ਇੱਕ ਹਾਰ ਹੈ ਨਾ, ਨੈਤਿਕ ਹਾਰ ਹੈ, ਉਹ ਇੱਕ ਹੈਗੀ ਹੈ ਕਿ ਹੁਣ ਤੱਕ ਜਿਹੜਾ ਮਾਹੌਲ ਬਣਿਆ, ਕਿਉਂਕਿ ਤੁਸੀਂ ਦੇਖੋ ਕਿ ਮਿਡ ਡੇ ਦੇ ਵਿੱਚ ਹਾਲੇ ਹੱਦ ਤੱਕ ਪਹਿਲਾਂ ਮਿਡ ਡੇ ਇੱਕ ਬਹੁਤ ਨਾਮਵਰ ਅਖਬਾਰ ਹੈਗਾ, ਉਹਦੇ ਵਿੱਚ ਐਜਾਜ਼ ਅਸ਼ਰਫ ਨੇ ਕਾਲਮ ਲਿਖਿਆ ਸੀ ਬੜਾ ਵਧੀਆ। ਐਜਾਜ਼ ਅਸ਼ਰਫ ਸਾਡੇ ਬਹੁਤ ਅੱਛੇ ਭਾਰਤ ਦੇ ਇੱਕ ਕਾਲਮਨਿਸਟ ਹੈਗੇ ਨੇ ਐਜਾਜ਼ ਅਸ਼ਰਫ, ਉਹਨਾਂ ਨੇ ਕਾਫੀ ਲੰਬਾ ਸਮਾਂ ਆਊਟਲੁੱਕ 'ਚ ਵੀ ਕੰਮ ਕੀਤਾ। ਐਜਾਜ਼ ਅਸ਼ਰਫ ਨੇ ਜਿਹੜੀ ਚੀਜ਼ 'ਤੇ ਸਾਡਾ ਧਿਆਨ ਕੇਂਦਰਿਤ ਕੀਤਾ ਸੀ, ਮੈਨੂੰ ਯਾਦ ਨਹੀਂ ਕਿ ਮੈਂ ਆਪਣੀ ਫੇਸਬੁੱਕ 'ਤੇ ਉਹ ਸ਼ੇਅਰ ਕੀਤੀ ਹੈ ਕਦੀ, ਉਹਦੀ ਪੋਸਟ ਹਾਲੇ ਹਫ਼ਤਾ ਕੁ ਪਹਿਲਾਂ ਕਾਲਮ 'ਚ ਉਹਨਾਂ ਦਾ ਆਇਆ, ਉਹ ਜੇ ਨਹੀਂ ਕੀਤੀ ਮੈਂ ਕਰ ਦਾਂਗਾ। ਉਹ ਸੀਗਾ ਕਿ ਜਿਹੜੀ ਗੌਰਮੈਂਟ ਦੀ ਹਾਰ ਇਹ ਹੈਗੀ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜਿਹੜੀ ਜੋੜੀ ਹੈ ਨਾ, ਉਹ ਕਦੇ ਵੀ ਮਤਲਬ ਜਿੰਨੇ ਵੀ ਸੰਘਰਸ਼ ਚੱਲੇ ਨੇ, ਚਾਹੇ ਤੁਸੀਂ ਦੇਖੋ ਕਿ ਸੀਏ ਦਾ ਚੱਲਿਆ ਜਾਂ ਹੋਰ ਚੱਲੇ ਨੇ, ਉਹ ਕਦੇ ਨਾ ਗੱਲ ਮੰਨਣ ਤੇ ਨਹੀਂ ਆਏ ਹੈਗੇ। ਮਤਲਬ ਆਪਣਾ ਮਤਲਬ ਆਏ ਗੋਲ ਦੇ ਰਹੇ ਵੀ ਇਹਨੂੰ ਅਸੀਂ ਇਗਨੋਰ ਕਰ ਦੇਣ, ਇਹਦਾ ਕੁਛ ਹੈ ਹੀ ਨਹੀਂ ਵੀ ਇੱਥੇ ਇੰਨੀ। ਉਹਨੇ ਦੱਸਿਆ ਕਿ ਜਿਹੜਾ ਇਹ ਸੰਘਰਸ਼ ਹੈ ਉਹਦੀ ਸਫਲਤਾ ਇੱਕ ਤਾਂ ਹੈਗੀ ਹੈ ਕਿ ਉਹਨੇ ਜਿੰਨੇ ਵੀ ਪਾੜੇ ਸੀ ਨਾ ਲੋਕਾਂ ਦੇ, ਧਰਮਾਂ ਦੇ, ਜਾਤਾਂ ਦੇ, ਬੋਲੀਆਂ ਦੇ, ਹੈ ਸੂਬਿਆਂ ਦੇ, ਇਹ ਤੋੜ ਦਿੱਤੇ ਹੈਗੇ ਨੇ। ਤੇ ਸਰਕਾਰ ਨੂੰ ਐਕਸਪੋਜ਼ ਕੀਤਾ ਕਿ ਜਿਹੜੇ ਵਾਰ ਵਾਰ ਕਹਿੰਦੀ ਹੈ ਨਾ ਵੀ ਟੁਕੜੇ ਟੁਕੜੇ ਗੈਂਗ ਫਲਾਨਾ, ਕਹਿੰਦੇ ਉਹਨਾਂ ਨੇ ਲਿਖਦੇ ਨੇ ਕਿ ਇਹ ਟੁਕੜੇ ਟੁਕੜੇ ਗੈਂਗ ਸਰਕਾਰ ਖੁਦ ਬਣ ਚੁੱਕੀ ਹੈ, ਇਸ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਕਹਿੰਦੇ ਨਹੀਂ ਅਸੀਂ ਲੜਨਾ ਨਹੀਂ ਹੈਗਾ। ਦੂਜੀ ਚੀਜ਼ ਜਿਹੜੀ ਸਰਕਾਰ ਨੇ ਹੁਣ ਇੱਥੇ ਤੱਕ ਵੀ ਆਈ ਹੈ ਨਾ ਵੀ ਚਲੋ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਜੀ, ਆਓ ਬੈਠੋ ਤੁਸੀਂ ਫਲਾਨਾ ਢੀਂਗੜਾ, 5 ਵਾਰ ਗੱਲਬਾਤ ਹੋ ਚੁੱਕੀ ਆ, ਕਹਿੰਦੇ ਇਹ ਉਹ ਗਵਰਨਮੈਂਟ ਆ ਜਿਹੜੀ ਕਿਸੇ ਨਾ ਇੱਕ ਵਾਰ ਵੀ ਗੱਲਬਾਤ ਲੱਗੀ ਕਿਸੇ ਨੂੰ ਮੈਸੇਜ ਇਗਨੋਰ ਕਰਨਾ ਪਸੰਦ ਕਰਦੇ, ਹਾਂ ਇਗਨੋਰ ਹੀ ਕਰਦੇ ਸੀ।
ਮਤਲਬ ਇੱਕ ਤਰ੍ਹਾਂ ਦਾ ਏਜਾਜ਼ ਅਸ਼ਰਫ ਵਰਗਾ ਸਾਡਾ ਭਾਰਤ ਦਾ ਵੱਡਾ ਪੱਤਰਕਾਰ ਜੋ ਕਿ ਅਲ ਜਜ਼ੀਰਾ ਲਈ ਵੀ ਲਿਖਦੇ ਨੇ, ਕੋਲਮਨਿਸਟ ਨੇ, ਆਊਟਲੁੱਕ 'ਚ ਲੰਮਾ ਸਮਾਂ ਕੰਮ ਕੀਤਾ, ਉਹ ਇੱਕ ਆਪਣੇ 30-32 ਸਾਲ ਦੇ ਤਜਰਬੇ 'ਚੋਂ ਇਹ ਗੱਲ ਆਖ ਰਹੇ ਨੇ ਕਿ ਗੌਰਮੈਂਟ ਹਾਰ ਚੁੱਕੀ ਹੈ ਨੈਤਿਕ ਤੌਰ 'ਤੇ। ਜੀ, ਪਰ ਗੱਲ ਤਾਂ ਇਹ ਨਾ ਨੈਤਿਕ ਤੌਰ 'ਤੇ ਤਾਂ ਆਪਾਂ ਨੂੰ ਕਦੋਂ ਦਾ ਪਤਾ ਵੀ, ਹੁਣ ਗੱਲ ਇਹ ਵੀ ਇਹਦੇ ਵਿੱਚੋਂ ਕੀ ਨਿਕਲੂਗਾ। ਇੱਕ ਸਭ ਤੋਂ ਵੱਡੀ ਗੱਲ ਹੈ ਵੀ ਜਾਂ ਤਾਂ ਪ੍ਰਧਾਨ ਮੰਤਰੀ ਨਵਾਂ ਨਿਕਲੂਗਾ, ਹਾਂ, ਜਾਂ ਪਾਰਟੀ ਕੋਈ ਇਹੋ ਜਿਹੀਆਂ ਚੀਜ਼ਾਂ ਵੀ ਨੇ ਰਹੀਆਂ ਵੀ। ਮੈਨੂੰ ਲੱਗਦਾ ਨਾ ਜਿਵੇਂ ਜੇ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਕਿਸਾਨ ਆਗੂ ਇਸੇ ਤਰ੍ਹਾਂ ਡਟੇ ਰਹੇ, ਜੋ ਕਿ ਸੰਭਾਵਨਾ ਵੀ ਹੈ ਵੀ ਡਟੇ ਰਹਿਣਗੇ ਜਿਸ ਤਰ੍ਹਾਂ ਦੇ ਉਹ ਹੈਗੇ ਨੇ, ਤੇ ਵਿੱਚੋਂ ਕੋਈ ਏਦਾਂ ਦੇ ਜਿਹੜੇ ਖਰਾਬੀ ਕਰਨ ਵਾਲੇ ਤੱਤ ਨਾ ਨਿਕਲੇ, ਕਿਉਂਕਿ ਦੇਖੋ ਇਹ ਸੰਘਰਸ਼ ਹੈਗਾ ਨਾਜ਼ੁਕ ਮੋੜ ਉੱਤੇ, ਨਾਜ਼ੁਕ ਮੋੜ ਉੱਤੇ ਜਦੋਂ ਹੁੰਦਾ ਉਹਦੇ ਵਿੱਚ ਕਈ ਕੁਛ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ, ਚਾਹੇ ਸੰਘਰਸ਼ ਜਿੰਨਾ ਵੀ ਤਕੜਾ ਕਿਉਂ ਨਾ ਹੋਵੇ, ਕਿਉਂਕਿ ਕੁਝ ਏਦਾਂ ਦੇ ਐਲੀਮੈਂਟ ਨੇ ਜਿਹੜੇ ਨਾ ਇਹਨਾਂ ਦੀ ਸ਼ਨਾਖਤ ਕਰੋ। ਵਾਰ ਵਾਰ ਕਹਿੰਦਾ ਹੁੰਦਾ ਮੈਂ ਦੀਪ ਸਿੱਧੂ ਵਰਗੇ ਜਿਹੜੇ ਕਹਿੰਦੇ ਕਿ ਅਸੀਂ ਜੀ ਤੁਹਾਡੀ ਸਟੇਟ ਤੇ ਕਬਜ਼ਾ ਕਰ ਲਾਂਗੇ, ਅਸੀਂ ਇੱਥੋਂ ਜਿਹੜਾ ਲੀਡਰਾਂ ਨੂੰ ਚੱਕ ਕੇ ਥੱਲੇ ਕਰ ਲਾਂਗੇ। ਇਹ ਅੱਜ ਵੀ ਵਾਰ ਵਾਰ ਇੱਕ ਸਿੱਧੂ ਮੂਸੇਵਾਲੇ ਦਾ ਗੀਤ ਜਿਹਾ ਪਾ ਕੇ ਉਹ ਕਰਨ ਲੱਗਿਆ ਹੋਇਆ ਸੀਗਾ ਵੀ ਦੇਖੋ ਕਾਮਰੇਡੋ ਕਰਨ ਲੱਗਿਆ, ਉਹ ਜਿਹੜੀ ਬੋਲੀ ਸੈਂਟਰ ਦੀ ਉਹੀ ਬੋਲੀ ਇੱਥੇ। ਹੁਣ ਹਾਲਾਂਕਿ ਇਸ ਸੰਘਰਸ਼ ਵਿੱਚ ਕੋਈ ਕਾਮਰੇਡ ਨਹੀਂ, ਕੋਈ ਸਿੱਖ ਨਹੀਂ, ਇੱਥੇ ਸਾਰੇ ਪੰਜਾਬੀ ਨੇ ਤੇ ਪੂਰੇ ਇੰਡੀਅਨ ਨੇ, ਮਤਲਬ ਭਾਰਤ ਦੇ ਲੋਕ ਆ ਚੁੱਕੇ ਨੇ, ਤੇ ਉਹ ਮਤਲਬ ਆਪਣੀਆਂ ਉਸੇ ਤਰ੍ਹਾਂ ਦੀ ਬੋਲੀ ਬੋਲਿਆ ਜਿਸ ਤਰ੍ਹਾਂ ਦੀ ਬੋਲੀ, ਕਿਉਂਕਿ ਗੱਲ ਤੁਸੀਂ ਕਾਮਰੇਡ ਕਾਮਰੇਡ ਕਰਕੇ ਗਾਲਾਂ ਕੱਢ ਰਹੇ ਹੋ, ਉਹ ਤੁਹਾਨੂੰ ਮਾਓਵਾਦੀ ਮਾਓਵਾਦੀ ਕਿ ਕਰ ਰਹੇ ਹੋ, ਮਤਲਬ ਕਹਿਣ ਦਾ ਗੱਲ ਕੀ ਹੈ ਕਿ ਬੋਲੀ ਇੱਕੋ ਹੀ ਅਜੀਤ ਸਿੱਧੂ ਤੇ ਉਹਦੀ ਇੱਦਾਂ ਦੇ ਜਿਹੜੇ ਤੱਤ ਹੈ ਨਾ, ਇੱਦਾਂ ਦੇ ਤੱਤਾਂ ਦਾ ਨੂੰ ਜਿਹੜੇ ਨੌਜਵਾਨ ਉਹਨਾਂ ਦੇ ਮਗਰ ਹੈਗੇ, ਜਿੰਨੇ ਕਿ ਵੀ ਮੁੱਠੀ ਭਰ ਹੈਗੇ ਨੇ ਉਹਨਾਂ ਦੇ ਮਗਰ, ਉਹ ਨੌਜਵਾਨ ਉਹਨਾਂ ਦੀ ਸ਼ਰਾਖਤ ਕਰਨ ਤਾਂ ਮਤਲਬ ਦੇਖੋ ਇੱਕ ਚੀਜ਼ ਹੈ ਕਿ ਜਿੱਥੇ ਮਰਜ਼ੀ ਚਲੇ ਜਾਓ ਉਹ ਕਹਿੰਦੇ ਕਿ ਪੰਜਾਬ ਨੇ ਬਾਂਹ ਫੜ ਲਈ ਭਾਰਤ ਦੀ। ਬਿਲਕੁਲ, ਇਹ ਇੱਕ ਬਹੁਤ ਵੱਡੀ ਚੀਜ਼ ਹੈ ਕਿ ਪੰਜਾਬ ਨੇ ਬਾਂਹ ਫੜ ਲਈ ਭਾਰਤ ਦੀ, ਠੀਕ ਹੈ। ਹੁਣ ਪੰਜਾਬੀਆਂ ਤੇ ਉਨੀ ਜ਼ਿੰਮੇਵਾਰੀ ਵੱਧ ਗਈ। ਫਿਰ ਦੂਜੀ ਗੱਲ, ਕਿਉਂਕਿ ਉੱਥੇ ਇਹ ਵੀ ਹੈ ਨਹੀਂ ਗਾ ਕਿ ਦੋ ਬੰਦੇ ਗੱਲ ਕਰਕੇ ਤੇ ਉਹਨਾਂ ਦੇ ਵਰਕਰ ਹੈਗੇ ਤੇ ਪੁੱਠੇ ਲੈ ਜੂਗਾ। ਹੁਣ ਤਾਂ ਗੱਲ ਇਹ, ਜੇ ਕਰਨਾਟਕ ਦਾ ਕਿਸਾਨ ਵੀ ਆ ਗਿਆ ਉਹ ਵੀ ਲੈ ਕੇ ਕੁਛ ਮੁੜੂ, ਜੇ ਦੋਵਾਂ ਨੂੰ ਮਨਾ ਲੈਣਗੇ ਤਾਂ ਬਾਕੀ ਬੈਠੇ ਰਹਿਣਗੇ। ਤੇ ਮੈਂ ਰੁਲਦੂ ਸਿੰਘ ਦੀ ਇੰਟਰਵਿਊ ਕਰ ਰਹੇ ਹੋ, ਕਹਿੰਦਾ ਭਰਾਵਾ ਸਾਡੇ ਤੋਂ ਤਾਂ ਕੀ ਕਹਿੰਦੇ ਆ ਲੌਂਗੋਵਾਲਾ ਲਈ ਕਰਵਾਈ ਨਹੀਂ ਜਾਂਦੀ, ਹੁਣ ਜੇ ਆਵਾਂਗੇ ਤਾਂ ਕੁਛ ਲੈ ਕੇ ਮੁੜਾਂਗੇ, ਨਹੀਂ ਤਾਂ ਉੱਥੇ ਹੀ ਖਤਮ ਹੋਵਾਂਗੇ। ਹੁਣ ਗੱਲ ਇਹ ਹੋ ਚੁੱਕੀ ਹੈ ਕਿ ਮੇਰਾ ਤਾਂ ਇਹ ਮੰਨਣਾ ਹੈਗਾ ਐਜ ਏ ਜਰਨਲਿਸਟ, ਜਿਹੜਾ ਮੇਰਾ ਆਪਣਾ ਜਿੰਨਾ ਕੁ ਵੀ ਸੂਝ ਹੈਗੀ ਆ, ਕਿ ਸਰਕਾਰ ਨੂੰ ਚਾਹੇ ਅੱਜ ਜਾਂ ਕੱਲ ਕਿਉਂਕਿ ਝੁਕਣਾ ਪੈਣਾ, ਪਰ ਉਹਦੇ ਵਿੱਚ ਕੀ ਹੈ, ਕਰ ਕੀ ਸਕਦੀ ਆ। ਤੁਹਾਨੂੰ ਯਾਦ ਹੋਣਾ ਕਿ 2014 ਦੇ ਵਿੱਚ ਨਾ ਜਦੋਂ ਉਹਨਾਂ ਨੇ ਭੂਮੀ ਸੋਧ ਕਾਨੂੰਨ ਲਿਆਂਦਾ ਸੀਗਾ, ਉਹਨਾਂ ਬਹੁਤ ਇੱਕਦਮ ਹੀ ਇਹਨਾਂ ਦਾ ਬਹੁਤ ਵਿਰੋਧ ਹੋਇਆ, ਉਹਨਾਂ ਨੇ ਉਹਨੂੰ ਲੰਮਾ ਪਾ ਦਿੱਤਾ ਭੂਮੀ ਸੋਧ ਕਾਨੂੰਨ ਨੂੰ। ਮਤਲਬ ਹੁਣ ਵੀ ਮੈਨੂੰ ਲੱਗਦਾ ਵੀ ਭਾਵੇਂ ਕਿ ਪੂਰੀ ਤਰ੍ਹਾਂ ਆਪਣੇ ਏਜੰਡੇ ਚੋਂ ਖਾਰਜ ਨਹੀਂ ਕਰਨਗੇ ਉਹਨੂੰ, ਕਿਉਂਕਿ ਬਈ ਆਏ ਤਾਂ ਉਹਨਾਂ ਦੀ ਸੇਵਾ ਲਈ ਨੇ ਨਾ ਇਹ, ਜਿਹਨਾਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਕੁਝ ਸਮੇਂ ਲਈ 2 ਸਾਲ ਲਈ 3 ਸਾਲ ਲਈ ਇਹ ਕਹਿ ਦੇਣਗੇ ਕਿ ਅਸੀਂ ਜਿਹੜਾ ਇਹਨੂੰ ਵਾਪਸ ਲੈਂਦੇ ਹਾਂ, ਇਹ ਮਤਲਬ ਹੋਣ ਦੀ ਸੰਭਾਵਨਾ ਹੈਗੀ ਹੈ ਜੋ ਮੈਨੂੰ ਲੱਗਦਾ ਜਿਸ ਤਰ੍ਹਾਂ ਦਾ ਅੰਦੋਲਨ ਪੀਕ ਉੱਤੇ ਜਾ ਰਿਹਾ, ਲੋਕ ਜੁੜ ਰਹੇ ਨੇ। ਹਾਲਾਂਕਿ ਮੂਲ ਤੌਰ ਉੱਤੇ ਉਹ ਆਪਣਾ ਇਹ ਏਜੰਡਾ ਤਿਆਗ ਦੇਣਗੇ ਇਹ ਨਹੀਂ ਲੱਗਦਾ, ਕਿਉਂਕਿ ਉਹ ਆਏ ਨੇ ਕਾਰਪੋਰੇਟਾਂ ਦੇ ਹਿੱਤ ਦੀ ਸੇਵਾ ਕਰਨ ਲਈ। ਹਾਂ, 2-3 ਸਾਲ ਲਈ ਇਹਨੂੰ ਜਿਹੜਾ ਹੈਗਾ ਵਾ ਕਰ ਦੇਣਗੇ, ਪਰਾਂ ਕਰ ਦੇਣਗੇ ਵੀ ਅਸੀਂ ਜਿਹੜਾ ਜੀ ਠੀਕ ਹੈ ਜੀ ਇਹਨੂੰ ਵਾਪਸ ਲੈ ਰਹੇ ਹਾਂ, ਤੇ ਇਹ ਮੈਨੂੰ ਹਾਲ ਦੀ ਘੜੀ ਸ਼ਾਇਦ ਇਸ ਤਰ੍ਹਾਂ ਦੀ ਰਣਨੀਤੀ ਹੋ ਸਕਦੀ ਹੈ, ਮੈਨੂੰ ਸੰਭਾਵਨਾ ਲੱਗਦੀ ਹੈ। ਜੀ ਬਿਲਕੁਲ, ਰਣਨੀਤੀ ਦੇਖੋ, ਹੁਣ ਗੱਲ ਇਹ ਵੀ ਉਹ ਵੀ ਤਾਂ ਮਾੜੇ ਬੰਦੇ ਨਹੀਂ ਨਾ, ਉਹਨਾਂ ਦੇ ਮਗਰ ਤਾਂ ਕਾਰਪੋਰੇਟ ਹੈ, ਪੈਸੇ ਵਾਲੇ ਆ, ਦਿਮਾਗ ਵਾਲੇ ਆ, ਸਾਡੇ ਕੋਲ ਹੋਸ਼ ਹੈ, ਜੋਸ਼ ਹੈ, ਠੀਕ ਹੈ ਜੀ, ਤੇ ਸਾਡੇ ਕੋਲ ਨਾਵਾਂ ਤਾਂ ਨਹੀਂ ਹੈਗਾ ਪਰ ਡੈਡੀਕੇਸ਼ਨ ਹੈ। ਬਿਲਕੁਲ ਠੀਕ ਹੈ ਨਾ ਜੀ,
ਇਹ ਵੀ ਤਾਂ ਇੱਕ ਆਪਣੇ ਵਿੱਚ ਬਹੁਤ ਵੱਡੀ ਗੱਲ ਹੈ ਨਾ, ਕਿਉਂਕਿ ਉਹ ਵੀ ਉਹਨਾਂ ਦੀਆਂ ਵੀ ਤਾਂ ਬੜੇ ਦਿਨ ਰਾਤ ਉਹ ਵੀ ਨਹੀਂ ਸੌਂਦੇ ਹੋਣੇ ਜਿਨ੍ਹਾਂ ਦੇ ਸ਼ੇਅਰ ਡਿੱਗ ਰਹੇ, ਜਿਨ੍ਹਾਂ ਨੇ ਇੰਨੇ ਇੱਕ ਬੰਦੇ ਨੂੰ ਇੰਨਾ ਕੁਛ ਪੈਸਾ ਲਾ ਕੇ ਇੱਥੇ ਪਹੁੰਚਾਇਆ। ਹੁਣ ਤਾਂ ਸਿੱਧੀ ਗੱਲ ਹੈ, ਕਿਸਾਨ ਕਹਿੰਦਾ ਕਿ ਸਾਨੂੰ ਤਾਂ ਹੁਣ ਇਹ ਵੀ ਕਹਿੰਦੇ ਦੂਜੇ ਲੀਡਰ ਜਿਹੜੇ ਦੂਜੀਆਂ ਪਾਰਟੀਆਂ ਨੇ ਉਹ ਕਹਿੰਦੇ ਉਹਨਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਇਹਦਾ ਇੱਕ ਕਮੇਟੀ ਬਣਾ ਕੇ ਨਰਿੰਦਰ ਮੋਦੀ ਦੀ ਅਤੇ ਅਦਾਨੀ ਬਾਨੀ ਦੇ ਰਿਸ਼ਤੇ ਕੀ ਨੇ, ਕੀ ਇਹੋ ਜਿਹੀ ਗੰਢ ਸੰਢ ਹੈ ਕਿ ਸਾਰਾ ਦੇਸ਼ ਇਹਨਾਂ ਨੂੰ ਦਿੱਤਾ ਜਾ ਰਿਹਾ, ਇਹਦੀ ਇਨਕੁਆਇਰੀ ਕਰਾਈ ਜਾਵੇ। ਪਰ ਹੈਰਾਨੀ ਦੀ ਗੱਲ ਹੈ ਕਿ ਜ਼ਿਆਦਾ ਬੜੇ ਤਰੀਕੇ ਦੇ ਨਾਲ ਪੋਲੀਟੀਕਲ ਬੰਦੇ ਨਹੀਂ ਹਜੇ ਬੋਲ ਰਹੇ ਕਿ ਉਹਨਾਂ ਨੂੰ ਪਤਾ ਜੇ ਅਸੀਂ ਬੋਲੇ ਤਾਂ ਕਿਸਾਨ ਸੰਘਰਸ਼ ਵੀਕ ਪੈ ਜਾਊਗਾ, ਇਹ ਵੀ ਇੱਕ ਬਹੁਤ ਵੱਡੀ ਚੀਜ਼ ਨਜ਼ਰ ਆ ਰਹੀ। ਇੱਕ ਹੋਰ ਵੀ ਚੀਜ਼ ਹੈ, ਕਿਉਂਕਿ ਨਾ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਨਾ ਸਾਰੀਆਂ ਨਾ ਪਾਰਟੀਆਂ ਕਾਰਪੋਰੇਟ ਜਗਤ ਤੋਂ ਚੰਦਾ ਲੈਂਦੀਆਂ ਨੇ, ਕਾਰਪੋਰੇਟ ਜਿਹੜੇ ਮਗਰ ਲੱਗੂ ਪਾਰਟੀਆਂ ਨੇ, ਇਹ ਇਹਨਾਂ ਦਾ ਆਪਣਾ ਸਿਸਟਮ ਜਿਹੜਾ ਸਰਮਾਏਦਾਰੀ ਸਿਸਟਮ ਹੈਗਾ। ਇਹ ਕਿਉਂਕਿ ਹੁਣ ਜਿਹੜੀ ਕਹਾਣੀ ਚੱਲ ਪਈ ਨਾ ਜਿਹੜੀ ਪੰਜਾਬ ਨੇ ਸ਼ੁਰੂ ਕੀਤੀ ਪੂਰਾ ਮੁਲਕ ਚੱਲਣ ਲੱਗੀ ਹੈ, ਉਹ ਹੈਗੀ ਹੈ ਕਾਰਪੋਰੇਟ ਜਗਤ ਨੂੰ ਨੰਗਾ ਕਰਨ ਦੀ। ਤੇ ਜਿਹੜੀਆਂ ਪਾਰਟੀਆਂ ਖੁਦ ਕਾਰਪੋਰੇਟ ਜਗਤ ਉੱਤੇ ਉਸਰੀਆਂ ਹੋਈਆਂ, ਚਾਹੇ ਕਾਂਗਰਸ ਹੋ ਗਈ, ਚਾਹੇ ਬੀਜੇਪੀ ਹੋ ਗਈ, ਚਾਹੇ ਅਦਰਸ ਹੋ ਗਈਆਂ, ਹਨਾ ਜਿਹੜੀਆਂ ਸੂਬੇ ਦੀਆਂ ਹੋ ਗਈਆਂ, ਉਹ ਮਤਲਬ ਇਹਦੇ ਤੋਂ ਹੱਲੇ ਕੰਨੀ ਕਤਰਾਉਣਗੀਆਂ। ਇਹ ਉਹ ਠੀਕ ਆ, ਐਂ ਤਾਂ ਰੱਖ ਸਕਦੀਆਂ ਵੀ ਦੇਖੋ ਵੀ ਯਾਰ ਜਿਹੜਾ ਕੋਈ ਵੱਡਾ ਕਾਰਪੋਰੇਟ ਅਦਾਰਾ ਉਹ ਜਿਵੇਂ ਬੀਜੇਪੀ ਕੰਨੀ ਵੱਧ ਝੁਕਾ ਰੱਖਦਾ ਉਹਨੂੰ ਅਸੀਂ ਐਕਸਪੋਜ਼ ਕਰਦੀ ਹੈ, ਪਰ ਟੋਟਲੀ ਜਿਹੜਾ ਇੱਕ ਸਿਸਟਮ ਹੈ ਜਿਹੜਾ ਸਰਮਾਏਦਾਰੀ ਸਿਸਟਮ ਹੈ ਉਹਦੇ ਉੱਤੇ ਉਹ ਉਂਗਲ ਰੱਖਣ ਤੋਂ ਕਤਰਾਉਣਗੀਆਂ। ਪਰ ਇਸ ਕਰਕੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਭੂਮਿਕਾ ਹਾਲੇ ਸਾਨੂੰ ਸ਼ੱਕੀ ਨਜ਼ਰ ਆਉਂਦੀ ਹੈ, ਤੇ ਸ਼ੱਕੀ ਰਹੂਗੀ ਵੀ ਉਹ। ਆ ਬਿਲਕੁਲ, ਸ਼ੱਕੀ ਤਾਂ ਰਹਿਣੀ ਰਹਿਣੀ ਹੈ, ਨਹੀਂ ਤਾਂ ਤੁਸੀਂ ਸਿਆਣੇ ਹੋ ਕਿ ਵੋਟ, ਆਪਾਂ ਤਾਂ ਵੋਟਾਂ ਦੇ ਸਕਦੇ ਹੋ, ਨੋਟ ਦਿੰਦੇ ਨੇ, ਨੋਟ ਦੇ ਨਾਲ ਖਰੀਦੋ ਫਰੋਖਤ ਵੀ ਕਰਨੀ ਹੁੰਦੀ ਹੈ, ਬੜਾ ਕੁਛ ਕਰਨਾ ਹੁੰਦਾ, ਵੋਟਾਂ ਕਿਹੜੀਆਂ ਸਸਤੀਆਂ ਨੇ। ਇਸ ਕਰਕੇ ਉਹਨਾਂ ਉਹ ਕੋਈ ਭਰੋਸੇਮੰਦ ਸੱਜਣ ਨਹੀਂ ਹੈਗੇ, ਸੱਜਣ ਹੀ ਨਹੀਂ ਹੈਗੇ, ਭਰੋਸੇਮੰਦ ਤਾਂ ਬਾਅਦ ਦੀ ਗੱਲ ਹੈ। ਸੋ ਭਰੋਸਾ ਤਾਂ ਸਾਡੇ ਜਿਹੜੇ ਲੋਕਾਂ ਉੱਤੇ ਹੀ ਹੈ ਜਿਹੜੇ ਲਗਾਤਾਰ ਜੁੜ ਰਹੇ ਨੇ, ਜਿਹੜੇ ਇਸ ਸੰਘਰਸ਼ ਤੋਂ ਤਕੜਾ, ਇਸ ਸੰਘਰਸ਼ ਦੇਖੋ ਇਸ ਸੰਘਰਸ਼ ਦੀ ਜਿਹੜੀ ਜਾਨ ਹੈ ਉਹ ਆਮ ਲੋਕ ਨੇ, ਜਿੰਨਾ ਤੱਕ ਆਮ ਲੋਕਾਂ ਦਾ ਏਕਾ ਰਹੂਗਾ ਇਹ ਸੰਘਰਸ਼ ਅੱਗੇ ਵੱਧਦਾ ਰਹੂਗਾ। ਬਿਲਕੁਲ, ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਕਿ ਤੁਸੀਂ ਹੁਣ ਮੇਰੇ ਖਿਆਲ ਜੇ ਐਤਕੀ ਗਏ ਨਾ ਕੱਲਾ ਸਿੰਘੂ ਬਾਰਡਰ ਨਾ ਜਾਇਓ ਤੁਸੀਂ, ਮੈਂ ਇੱਕ ਬੜੀ ਇੰਟਰਸਟਿੰਗ ਚੀਜ਼ ਦੇਖ ਕੇ ਆਇਆ। ਦੇਖੋ ਦਲਿਤ ਚੇਤਨਾ ਪਾਰਕ ਹੈਗਾ ਜਿਹੜਾ ਤੁਹਾਨੂੰ ਪਤਾ ਹੁਣ ਮਾਇਆਵਤੀ ਨੇ ਬਣਾਇਆ ਸੀ ਆਪਣੀ ਫਿਲਮ ਸਿਟੀ ਦੇ ਬਿਲਕੁਲ ਨਾਲ, ਉੱਥੇ 200 ਕਿਸਾਨ ਬੈਠਾ, ਉਹਨਾਂ ਦੀ ਵੀ ਗੱਲ ਹੋ ਰਹੀ ਹੈ। ਉੱਥੋਂ ਘੁੰਮ ਕੇ ਥੋੜਾ ਜਿਹਾ ਅੱਗੇ ਉਹ ਚਿੱਲਾ ਬਾਰਡਰ ਹੈਗਾ, ਉੱਥੇ ਵੀ ਕੋਈ 400-500 ਕਿਸਾਨ ਬੈਠਾ, ਠੀਕ ਹੈ ਜੀ। ਤੁਹਾਨੂੰ ਪਤਾ ਜਮਾਂ ਯਮੁਨਾ ਨਦੀ ਦੇ ਕਿਨਾਰੇ ਦੇ ਉੱਤੇ ਜਿੱਥੇ ਉਹ ਨੋਇਡੇ ਦਾ ਗੇਟ ਜਿਹਾ ਹੈਗਾ, ਕਹਿਣ ਤੋਂ ਭਾਵ ਵੀ ਸਿਰਫ 2-2.5 ਕਿਲੋਮੀਟਰ 'ਤੇ, ਉੱਥੋਂ ਤੁਸੀਂ ਘੁੰਮ ਕੇ ਆ ਜਾਓ 5 ਕਿਲੋਮੀਟਰ 'ਤੇ 4.5 ਕਿਲੋਮੀਟਰ 'ਤੇ ਗਾਜ਼ੀਪੁਰ ਬੈਠੇ ਨੇ, ਇੱਕ ਅਜਿਹਾ ਲੋਨੀ ਬਾਰਡਰ ਹੈਗਾ ਗਾਜ਼ੀਆਬਾਦ ਵਾਲਾ ਜਿੱਥੇ ਨਹੀਂ ਬੈਠੇ। ਅਤੇ ਮੈਂ ਕੱਲ੍ਹ ਘੁੰਮਦਾ ਘੁੰਮਦਾ ਨਫਸਗੜ੍ਹ ਤੋਂ ਇੱਧਰ ਆਉਣ ਲੱਗਿਆ ਝੱਜਰ ਵੱਲ ਨੂੰ, ਮੈਨੂੰ ਉੱਥੇ ਵੀ ਕਿਸਾਨ ਮਿਲ ਗਏ, ਉੱਥੇ ਵੀ ਰੋਜ਼ਾਨਾ ਕੋਈ ਜਬਾਲਾ ਨਹੀਂ 2-3 ਹਜ਼ਾਰ ਕਿਸਾਨ ਸਵੇਰੇ ਇਕੱਠਾ ਹੁੰਦਾ। ਕੱਲ੍ਹ ਤਾਂ ਉਹਨਾਂ ਦਾ ਮੁੰਡਾ ਇੱਕ ਨੌਜਵਾਨ ਵਿਚਾਰਾ ਬੱਚਾ ਸ਼ਹੀਦ ਹੋ ਗਿਆ, ਸੂਬੇਦਾਰ ਸੀਗਾ ਇੱਥੇ ਜੰਮੂ ਕਸ਼ਮੀਰ ਦੇ ਵਿੱਚ, ਉਹਦਾ ਸੰਸਕਾਰ ਕਰਾਉਣ ਚਲੇ ਗਏ, ਸਭਾ ਉਹਨਾਂ ਨੇ ਪਹਿਲਾਂ ਸਮਾਪਤ ਕਰਤੀ, ਲੰਗਰ ਪਾਣੀ ਉੱਥੇ ਵੀ ਵਧੀਆ ਚੱਲ ਰਿਹਾ, ਠੀਕ ਹੈ ਜੀ। ਜਾਂ ਹੁਣ ਮੈਂ ਲੱਭ ਰਿਹਾ ਵੀ ਕਿੱਥੇ ਕਿੱਥੇ ਕਿਸਾਨ ਬੈਠੇ ਨੇ, ਵੀ ਸਾਰੀਆਂ ਛੋਟੀਆਂ ਛੋਟੀਆਂ ਸੜਕਾਂ ਦੇ ਉੱਤੇ ਵੀ ਦਿੱਲੀ ਘੇਰੀ ਹੋਈ ਹੈ ਇਹਨਾਂ ਨੇ। ਦੇਖੋ ਹੁਣ ਪਲਵਲ ਦੋਹੇ ਪਾਸੇ ਬੰਦ ਹੋ ਗਏ, ਕੀ ਕਹਿੰਦੇ ਸ਼ਾਹਜਹਾਂਪੁਰ ਦੋਹੇ ਪਾਸੇ ਬੰਦ ਹੈ, ਗਾਜ਼ੀਪੁਰ ਚੱਲ ਰਿਹਾ ਹਜੇ। ਪਰ ਜੇਕਰ ਗਾਜ਼ੀਪੁਰ ਦੀ ਗੱਲ ਕਰੀਏ, ਗਾਜ਼ੀਪੁਰ ਚੱਲ ਰਿਹਾ ਤਾਂ ਉਹ ਸਿਰਫ ਮੇਰਠ ਵਾਲਾ ਪਾਸਾ ਹੀ ਹੈ, ਮੇਨ ਦੋ ਸਾਹ ਰਗਾਂ ਜੇ ਆਪਾਂ ਗਿਣੀਏ ਤਾਂ ਕੁੰਡਲੀ ਬਾਰਡਰ, ਕੁੰਡਲੀ ਬਾਰਡਰ ਤੋਂ ਸ਼ਾਹਜਹਾਂਪੁਰ ਬਾਰਡਰ ਅਤੇ ਤੀਜਾ ਪਲਵਲ ਬਾਰਡਰ, ਕਿਉਂਕਿ ਪਲਵਲ ਬਾਰਡਰ ਤਾਂ ਸਾਰਾ ਹੀ, ਜੇ ਇੱਕ ਤਰ੍ਹਾਂ ਨਾਲ ਆਪਾਂ ਸ਼ਾਹਜਹਾਂਪੁਰ ਬਾਰਡਰ ਕਰੀਏ ਤਾਂ ਅੱਧੇ ਭਾਰਤ ਨੂੰ ਜੋੜਦਾ, ਅਤੇ ਪਲਵਲ ਦੀ ਗੱਲ ਕਰੀਏ ਤਾਂ ਬਿਹਾਰ ਉੜੀਸਾ ਨੂੰ ਜੋੜਦਾ। ਬਿਲਕੁਲ ਬਿਲਕੁਲ, ਮੈਂ 30-31 ਨੂੰ ਜਾਣਾ, ਮੈਂ 5 ਕੁ ਦਿਨ ਦਾ ਪ੍ਰੋਗਰਾਮ ਬਣਾ ਕੇ ਚੱਲਿਆ, ਜਿਹਦੇ ਵਿੱਚ ਮੈਂ ਕਹਿੰਦਾ ਸੀ ਸੋਚ ਰਿਹਾ ਸੀ ਜਿਹੜੇ ਨਾ ਬਾਰਡਰ, ਕਿਉਂਕਿ ਸਾਡਾ ਪੰਜਾਬ ਦਾ ਮੇਨ ਧਿਆਨ ਜਿਹੜਾ ਹੈਗਾ ਉਹ ਟੀਕਰੀ ਤੇ ਸਿੰਘੂ ਦੇ ਉੱਤੇ ਹੀ ਹੈ, ਖਾਸ ਕਰ ਸਿੰਘੂ ਉੱਤੇ ਹੀ ਹੈ, ਕਿਉਂਕਿ
ਮੈਂ ਇਹਦੇ ਵਿੱਚ ਕਲਾਸ ਐਂਗਲ ਦੇਖਣ ਲੱਗਿਆ ਸੀਗਾ, ਕਿਉਂਕਿ ਤੁਸੀਂ ਦੇਖੋ ਨਾ ਜੀ, ਤੁਹਾਨੂੰ ਇੱਕ ਕਲਾਸ ਐਂਗਲ ਵੀ ਪਤਾ ਲੱਗੇਗਾ ਇਹਦੇ ਵਿੱਚ, ਜਿਵੇਂ ਹੁਣ ਸਿੰਘੂ ਬਾਰਡਰ ਤੁਹਾਨੂੰ ਬਹੁਤ ਅਮੀਰ ਨਜ਼ਰ ਆਉਂਦਾ ਹੈ, ਮਤਲਬ ਰਾਜਸਥਾਨ ਵਗੈਰਾ ਜਾਂ ਯੂਪੀ ਵਾਲਾ ਬਾਰਡਰ ਨੀ ਸੀਗਾ, ਜੋ ਕਿ ਹੁਣ ਪ੍ਰੋਗਰਾਮ ਬਣਾਇਆ। ਅੱਛਾ, ਟੀਕਰੀ ਬਾਰਡਰ ਹੈ ਜਿਹੜਾ, ਉਹ ਤੁਹਾਨੂੰ ਜਿਹੜਾ ਹੈਗਾ ਸਿੰਘੂ ਵਾਂਗੂ ਅਮੀਰ ਨੀ ਨਜ਼ਰ ਆਏਗਾ ਉਹਦੇ ਵਿੱਚ। ਉਹਦੇ ਵਿੱਚ ਲੋਕਾਂ ਦੇ ਰਹਿਣ ਦਾ ਬੰਦੋਬਸਤ ਉਸ ਤਰ੍ਹਾਂ ਨਹੀਂ ਹੈਗਾ ਵਧੀਆ, ਨਾ ਹੀ ਖਾਣ ਪੀਣ ਦਾ ਸਾਰਾ। ਅਸਲ ਵਿੱਚ ਨਾ ਸਾਰਾ ਹਰਿਆਣੇ ਦੇ ਲੋਕਾਂ ਉੱਤੇ ਡਿਪੈਂਡ ਹੈ, ਹਰਿਆਣੇ ਦੇ ਲੋਕ ਵੀ ਤਰ੍ਹਾਂ ਖੁਦ ਬਿਲਕੁਲ ਬਿਲਕੁਲ। ਸ਼ਾਹਜਹਾਂਪੁਰ ਇਸ ਤੋਂ ਬੁਰਾ ਹਾਲ ਹੈ ਜੀ, ਸ਼ਾਹਜਹਾਂਪੁਰ ਇਸ ਤੋਂ ਬੁਰਾ ਹਾਲ ਹੈ, ਕਿਉਂਕਿ ਉਹ ਮਹਾਰਾਸ਼ਟਰ ਵਾਲੇ ਤੇ ਉਹ ਦੂਜੇ ਵਿਚਾਰੇ ਆਏ ਤਾਂ ਜੀਪਾਂ ਤੇ ਨੇ, ਤੇ ਉਹਨਾਂ ਦੇ ਵਿਚਾਰੇ ਥੱਲੇ ਗੱਦਾ ਵੀ ਹੈ ਨਹੀਂ। ਪਰ ਉੱਥੇ ਮੈਂ ਹੈਰਾਨ ਹਾਂ, ਇੱਕ ਬਾਬੇ ਆਏ ਨੇ ਕੋਈ ਰਾਜਸਥਾਨ ਤੋਂ, ਉਹ ਜਿਹੜਾ ਕੋਈ ਦਾਨ ਦੇਣ ਜਾਂਦਾ ਉਹ ਰਜਾਈਆਂ ਆਪਦੀਆਂ ਗੱਡੇ ਉਹਦੇ ਚ ਰਹੀ ਬੈਠੇ। ਮੈਂ ਕਿਹਾ ਬਾਬਾ ਜੀ ਤੁਸੀਂ ਕਿਹੜਾ ਮਗਰ ਜਾਣੀਆਂ ਵੰਡ ਦਿਓ, ਉਹ ਵੰਡਦੇ ਆ ਜੀ ਵੰਡਦੇ। ਮੈਂ ਕਿਹਾ ਵਿਚਾਰੇ ਤਾਂ ਠੰਡ ਨਾਲ ਮਰ ਜੂਗਾ ਕੋਈ ਇੱਕ ਅੱਧਾ। ਸਗੋਂ ਮੈਨੂੰ ਲੱਗਦਾ ਵੀ ਆਪਾਂ ਜਦੋਂ ਨਾ ਪ੍ਰੋਗਰਾਮ ਕਰਦੇ, ਸਾਡੇ ਸਰੋਤੇ ਵੀ ਜਦੋਂ ਜਾਂਦੇ ਨਾ, ਤੁਸੀਂ ਸਿੰਘੂ ਤੋਂ ਦੇਖੋ ਬਹੁਤ ਆ ਗਿਆ, ਉੱਥੇ ਆ ਹੀ ਜਾ ਰਿਹਾ ਤੁਸੀਂ ਟੀਕਰੀ, ਟੀਕਰੀ ਤੋਂ ਬਾਅਦ ਜਿਹੜੇ ਦੂਜੇ ਬਾਰਡਰ ਸ਼ਾਹਜਹਾਂਪੁਰ ਹੋ ਗਿਆ, ਸ਼ਾਹਜਹਾਂਪੁਰ ਤੋਂ ਪਲਵਲ ਵੀ ਦੇਖੋ, ਆਪਣੇ ਮੱਧ ਪ੍ਰਦੇਸ਼ ਤੋਂ ਮੁੰਡੇ ਗਵਾਲੀਅਰ ਤੋਂ ਉੱਥੇ ਪਹੁੰਚੇ ਨੇ, ਪਰ ਉੱਥੇ ਵੀ ਗੱਲ ਕਰੋ ਤਾਂ ਉੱਥੇ ਜ਼ਰੂਰ ਥੋੜ੍ਹਾ ਪਰ ਕਮਜ਼ੋਰ ਹੈ, ਕਿਉਂਕਿ ਉਹ ਜ਼ਿਆਦਾ ਇਲਾਕਾ ਸ਼ਹਿਰੀ ਆ ਗਿਆ। ਜੇਕਰ ਆਪਾਂ ਗੱਲ ਕਰੀਏ ਤਾਂ ਪਲਵਲ ਤਾਂ ਬਿਲਕੁਲ ਹੀ ਸ਼ਹਿਰ ਦੇ ਵਿੱਚ ਆ ਗਿਆ, ਠੀਕ ਹੈ, ਉੱਥੇ ਜ਼ਮੀਨਾਂ ਬੜੀਆਂ ਘੱਟ ਨੇ, ਕਿਸਾਨ ਬੜੇ ਦੂਰ ਦੂਰ ਬੈਠੇ ਨੇ, ਅਤੇ ਜੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉੱਥੇ ਤਾਂ ਡਾਂਗ ਵੀ ਵਿਚਾਰਿਆਂ ਦੇ ਚੰਗੀ ਵਾਹੀ ਆ, ਉਹ ਤਾਂ ਵਿਚਾਰੇ ਲਿੰਕ ਰੋਡਸ ਤੋਂ ਆਏ ਨੇ, ਟਰੈਕਟਰ ਉਹਨਾਂ ਦੇ ਗੋਲੇ ਪੁਲਿਸ ਨੇ ਜੀ। ਸਹੀ, ਮੈਂ ਆਪਣੇ ਪਿਛਲੇ ਦੌਰੇ ਜੀ ਸਿਰਫ, ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਉਦੋਂ ਬਹੁਤੇ ਪੰਜਾਬ ਦੇ ਕਿਸਾਨ ਸੀ, ਮੈਂ ਟਿਕਰੀ ਤੇ ਉਦੋਂ ਇਹਦਾ ਕੀਤਾ ਸੀਗਾ ਜਿਹੜਾ ਸਿੰਘੂ ਦਾ। ਅੱਛਾ, ਪੰਜਾਬ ਦੀ ਟਿਕਰੀ ਵਿੱਚ ਤੁਹਾਨੂੰ ਫਿਰ ਉਹ ਕਿਸਾਨ ਮਿਲਣਗੇ ਜਿਹੜੇ ਨਾ ਬਹੁਤ ਬੇਜ਼ਮੀਨੇ ਕਿਸਾਨ ਨੇ, ਜਿਹਨਾਂ ਕੋਲ ਜ਼ਮੀਨਾਂ ਨੀ ਹੈਗੀਆਂ ਉਹ ਮਿਲਦੇ ਨੇ। ਤੇ ਤਾਂ ਮੈਂ ਹੁਣ ਇਹੀ ਸੋਚਿਆ ਸੀ ਕਿ ਜਦੋਂ ਜਿਹੜੇ ਯੂਪੀ ਦੇ ਵਿੱਚ ਜਾਂ ਯੂਪੀ ਤੋਂ ਰਾਜਸਥਾਨ ਚ ਆ ਰਹੇ ਆ, ਉਹਨਾਂ ਦਾ ਜਿਹੜਾ ਆਰਥਿਕ ਹਾਲਤ ਆ, ਉੱਥੇ ਦੇ ਬਾਰਡਰਾਂ ਦੀ ਹਾਲਤ ਕੀ ਹੈ, ਕਿਉਂਕਿ ਉੱਥੇ ਦੇ ਬਾਰਡਰ ਦੀ ਹਾਲਤ ਤੋਂ ਨਾ ਜਿਵੇਂ ਬੈਠੇ ਨੇ ਇਹ, ਉਹਨਾਂ ਤੋਂ ਉਹਨਾਂ ਦੀ ਆਰਥਿਕ ਹਾਲਤ ਤੇ ਹੋਰ ਬਹੁਤ ਸਾਰੀਆਂ ਹਾਲਾਤਾਂ ਨਜ਼ਰ ਆਉਂਦਾ, ਬਿਲਕੁਲ ਨਜ਼ਰ ਆਉਂਦਾ। ਤੇ ਉਹ ਚੀਜ਼ ਦੇਖਣ ਦੀ ਮੈਂ ਕੋਸ਼ਿਸ਼ ਵਿੱਚ ਹੁਣ 30 ਜਾਂ 31 ਨੂੰ ਦੁਬਾਰੇ ਨਿਕਲਾਂਗਾ, ਤੇ ਉਹ ਫਿਰ ਆ ਕੇ ਤੁਹਾਡੇ ਨਾਲ ਸਾਂਝਾ ਵੀ ਕਰਾਂਗਾ। ਸੋ ਇਸ ਕਰਕੇ ਇਹਦੇ ਵਿੱਚ ਨਾ ਉਹ ਜਿਹੜੇ ਇਲਾਕੇ ਨੇ ਬਾਰਡਰ ਨੇ ਸਾਡੇ, ਉਹ ਸਾਡੇ ਕਿਸਾਨਾਂ ਦੀ ਸੂਰਤ ਹਾਲ ਵੀ ਦਿਖਾਉਂਦੇ ਨੇ। ਦੇਖੋ, ਅੱਛਾ ਇੱਕ ਹੋਰ ਚੀਜ਼, ਜੇ ਅਸੀਂ ਟਿਕਰੂ ਤੇ ਟਿਕਰੀ ਤੇ ਸਿੰਘੂ ਦਾ ਵੀ ਇੱਕ ਅਧਿਐਨ ਕਰਨਾ ਹੋਵੇ ਨਾ, ਉਹ ਜਿਹੜਾ ਇਹ ਸਿੰਘੂ ਦੇ ਵਿੱਚ ਮੈਨੂੰ ਬਹੁਤ ਸਾਰੇ, ਦੇਖੋ ਸਾਰੇ ਬੈਠੇ ਨੇ ਉਹ, ਇਹ ਉਹਨਾਂ ਦਾ ਸਲਾਮ ਹੈ ਕਿ ਬੈਠੇ ਨੇ। ਅੱਛਾ, ਇਹ ਲੇਕਿਨ ਜੇ ਫਰਕ ਕਰਨਾ ਹੋਵੇ ਤੇ ਜੇ ਕਿ ਪੱਤਰਕਾਰ ਦੀ ਹੈਸੀਅਤ ਦੇ ਨਾਲ, ਸਿੰਘੂ ਤੁਹਾਨੂੰ ਉਹ ਜੇ ਲੋਕ ਮਿਲਣਗੇ, ਨੌਜਵਾਨ ਮਿਲਣਗੇ ਜਿਹੜੇ ਨਾ ਕਹਿੰਦੇ, ਜਿਹੜੇ ਉਹੀ ਇੱਕ ਕੈਟਾਗਰੀ ਹੁੰਦੀ ਹੈ ਨਾ ਵੀ ਚੱਲ ਚੰਡੀਗੜ੍ਹ ਘੁੰਮੇ ਆਈਏ, ਸਿੰਘੂ ਘੁੰਮੇ ਆਈਏ, ਉਹ ਕੈਟਾਗਰੀ ਹੈ। ਪਰ ਮੈਨੂੰ ਟਿਕਰੀ ਦੇ ਵਿੱਚ ਉਹ ਨੌਜਵਾਨ ਜ਼ਿਆਦਾ ਨਹੀਂ ਆਇਆ, ਬਿਲਕੁਲ ਹੈ ਨਹੀਂ, ਇਹ ਤੁਹਾਡੀ ਗੱਲ ਸਹੀ ਹੈ ਬਿਲਕੁਲ, ਇਹ ਚੀਜ਼ ਮੈਨੂੰ ਨਜ਼ਰ ਆਈ ਹੈਗੀ ਹੈ। ਸੋ ਇਸ ਤਰ੍ਹਾਂ ਦੇ ਫਰਕ ਹੈਗੇ ਨੇ। ਹਾਲਾਂਕਿ ਕੱਲ ਮੈਨੂੰ ਥੋੜੇ ਸਮੇਂ ਲਈ ਕਿਸਾਨ ਆਗੂ ਮਿਲੇ ਸੀਗੇ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਨੌਜਵਾਨਾਂ ਨੂੰ ਵਾਰ ਵਾਰ ਕਹਿੰਦੇ ਹਾਂ ਕਿ ਯਾਰ ਵੀ ਥੋੜਾ ਜਾਬਤੇ ਚ ਰਹੋ ਕਿਸੇ ਸਿੰਘੂ ਵਾਲਿਆਂ ਨੂੰ, ਪਰ ਕਹਿੰਦੇ ਕਈ ਵਾਰ ਗੱਲਾਂ ਨਹੀਂ ਮੰਨਦੇ ਹੈਗੇ, ਹੈਨਾ। ਤੇ ਫਿਰ ਨਵਿਆਂ ਦੇ ਵਿੱਚ ਪ੍ਰੋਬਲਮ ਹੈ, ਗਾਜੀਪੁਰ ਵੀ ਇਹੀ ਪ੍ਰੋਬਲਮ ਹੈਗੀ ਹੈ, ਗਾਜੀਪੁਰ ਵੀ ਉਹ ਜਦੋਂ ਬਾਜ਼ਾਰਾਂ ਦੇ ਵਿੱਚ ਲੰਘ ਜਾਂਦੇ ਆ ਡੈਕ ਲਾ ਕੇ, ਉਹ ਰਕੇਸ਼ ਟਕੈਤ ਨੇ ਵੀ 2-3 ਵਾਰੀ ਰੋਕਿਆ ਉੱਥੇ, ਅੱਗੋਂ ਗਲ ਪੈਂਦੇ ਨੇ ਨੌਜਵਾਨ। ਇਹ ਗੱਲ ਇਹ ਵੀ ਉਹਨਾਂ ਨੂੰ ਹਜੇ ਪਤਾ ਨਹੀਂ ਵੀ ਸੰਘਰਸ਼ ਇਹ ਕਿਵੇਂ ਲੈ ਕੇ ਆਏ ਆ, ਹੌਲੀ ਹੌਲੀ ਚਲੋ ਜਿੰਨਾ ਸਮਝ ਜਾਣ ਓਨਾ ਹੀ ਚੰਗਾ। ਬਿਲਕੁਲ ਜੀ, ਸੰਭਾਵਨਾ ਹੈ ਕਿ ਚਲੋ ਲੋਕਾਂ ਨੇ ਵੀ ਥੋੜਾ ਇਤਰਾਜ਼ ਕੀਤਾ ਸੀ ਕੱਲ ਸਿੰਘੂ ਵਾਲਿਆਂ ਨੇ, ਜਿਹੜੇ ਆਮ ਵਿਚਾਰੇ ਬਜ਼ੁਰਗ ਨੇ, ਇਹਨਾਂ ਕਹਿੰਦੇ ਰਾਤ ਨੂੰ ਡੈਕ ਲਾ ਲੈਂਦੇ ਨੇ, ਸਾਨੂੰ ਸੌਣ ਸੌਣ ਨਹੀਂ ਦਿੰਦੇ ਹੈਗੇ, ਕਿਹਦਾ ਦਿੱਕਤ ਆਉਂਦੀ ਹੈ। ਹਾਲਾਂਕਿ ਜਥੇਬੰਦੀਆਂ ਵੱਲੋਂ ਜਾਂ ਕੁਝ ਉਹਨਾਂ ਨੇ ਵਲੰਟੀਅਰ ਲਾਏ ਹੋਏ ਨੇ, ਉਹ ਲਗਾਤਾਰ ਕੋਸ਼ਿਸ਼ ਤਾਂ ਕਰਦੇ ਨੇ ਵੀ ਭਾਈ ਏਦਾਂ ਦਾ ਕੰਮ ਨਹੀਂ ਕਰਨਾ ਹੈਗਾ। ਖੈਰ, ਇਹ ਛੋਟੀ ਮੋਟੀ ਗੱਲਾਂ ਜਿਹੜੀ ਇੱਕ ਅੰਦੋਲਨ 'ਚ ਹੁੰਦੀਆਂ ਹੈਗੀਆਂ ਨੇ, ਲੇਕਿਨ ਜੇ ਅੰਦੋਲਨ ਨੂੰ ਸਮਝਣਾ ਹੋਵੇ ਤਾਂ ਤੁਹਾਨੂੰ ਨਾ ਜਿਹੜੇ 4-5 ਥਾਵਾਂ ਦੇ ਉੱਤੇ ਇੱਕ ਅੰਦੋਲਨ ਚੱਲ ਰਹੇ ਨੇ, ਉੱਥੇ ਇੱਕ ਇੱਕ ਗੇੜਾ ਸਾਨੂੰ ਜਿਹੜਾ ਜ਼ਰੂਰ ਮਾਰਨਾ ਚਾਹੀਦਾ, ਜਿੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ, ਅਸੀਂ ਦੇ ਰਹੇ ਹਾਂ ਬਾਹਰੋਂ
ਸਾਨੂੰ ਉਹਨਾਂ ਇਲਾਕਿਆਂ ਵਿੱਚ ਵੀ ਥੋੜਾ ਜਿਹਾ ਜਿਹੜਾ ਹੈਗਾ ਮਦਦ ਲਈ ਅੱਗੇ ਆਉਣਾ ਚਾਹੀਦਾ ਜੀ। ਬਿਲਕੁਲ, ਤੇ ਦੂਜੇ ਪਾਸੇ ਹੁਣ ਗੱਲ ਕਰੀਏ ਕਿ ਦੇਖੋ ਕਰੀਮਾ ਬਲੋਚ ਦੀ ਕੈਨੇਡਾ ਦੇ ਵਿੱਚ ਮੌਤ ਹੁੰਦੀ ਹੈ, ਹਾਂਜੀ ਹਾਂਜੀ, ਟਰੂਡੋ ਤੇ ਇਹਦਾ ਅਸਰ ਜਿਹੜਾ ਉਹ ਆਪਾਂ ਨਾਲ ਬਾਅਦ ਚ ਅਸਰ ਕਰਦੇ ਹਾਂ, ਪਰ ਭਾਰਤ ਸਰਕਾਰ ਨੇ ਕੱਛਾਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਟਰੂਡੋ ਕਿਸਾਨਾਂ ਦੇ ਹੱਕ 'ਚ ਬੋਲਿਆ ਸੀ ਅਤੇ ਭਾਰਤ ਸਰਕਾਰ ਉਹਨੂੰ ਕਤਲ ਸਿੱਧ ਕਰਨ 'ਤੇ ਲੱਗੀ ਹੈ, ਪਰ ਕੈਨੇਡਾ ਸਰਕਾਰ ਉਹਨੂੰ ਇੱਕ ਮੌਤ ਦੱਸ ਰਹੀ ਹੈ, ਕੀ ਹੈ ਜੀ ਸਾਰਾ ਮਾਮਲਾ? ਦੇਖੋ ਇਹ ਸਾਰਾ ਦਾ ਮਾਮਲਾ ਮੈਂ ਕਹਿੰਦਾ ਵੀ ਇਕੱਲਾ ਮਾਮਲਾ ਹੀ ਨਾ ਸਮਝਾਵਾਂ, ਸਾਰਾ ਅੱਗਾ ਪਿੱਛਾ ਵੀ ਸਮਝਾ ਦਾ, ਕਿਉਂਕਿ ਮੇਰਾ ਤੁਹਾਨੂੰ ਲੈਣ ਦਾ ਤਾਂ ਹੀ ਫਾਇਦਾ ਜੇ ਮੈਂ ਥੋੜਾ ਜਿਹਾ ਚੰਗੀ ਤਰ੍ਹਾਂ ਤੁਹਾਨੂੰ ਸਮਝਾ ਦਿਆਂ, ਹਨਾ, ਕਿਉਂਕਿ ਉਹ ਸਮਝਾਉਣਾ ਨਾ ਤੁਹਾਨੂੰ ਇੰਡੀਆ ਦੇ ਮੀਡੀਆ ਨੇ ਸਮਝਾਉਣਾ ਨਾ ਹੀ ਪਾਕਿਸਤਾਨ ਦੇ ਮੀਡੀਆ ਨੇ ਸਮਝਾਉਣਾ, ਪਾਕਿਸਤਾਨ ਦਾ ਤਾਂ ਉਰੇ ਆਉਂਦਾ ਵੀ ਨਹੀਂ ਹੈਗਾ। ਦੇਖੋ ਮੁੱਦਾ ਕੀ ਹੈ ਕਿ ਜਿਵੇਂ ਨਾ ਇੰਡੀਆ ਦੇ ਵਿੱਚ ਵੀ ਕੌਮੀਅਤਾਂ ਦਾ ਦੀ ਇੱਕ ਲੜਾਈ ਚੱਲਦੀ ਹੈਗੀ ਹੈ, ਕਿਉਂਕਿ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੀਆਂ ਨੇ ਕਿ ਅਸੀਂ ਨਾ ਵੱਡੀਆਂ ਹੋਈਆਂ ਹੈਗੀਆਂ ਕੌਮਾਂ, ਵੀ ਸਾਡੇ ਨਾਲ ਕਿਤੇ ਨਾ ਕਿਤੇ ਧੋਖਾ ਹੋ ਰਿਹਾ, ਜਿਵੇਂ ਆਪਾਂ ਪੰਜਾਬੀ ਵੀ ਕਹਿੰਦੇ ਵੀ ਸਾਡੇ ਨਾਲ ਕੇਂਦਰ ਨੇ ਧੋਖਾ ਕੀਤਾ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਸੇਮ ਇਹੀ ਚੀਜ਼ ਹੈਗੀ ਆ, ਉੱਥੇ ਪਾਕਿਸਤਾਨ ਬਣਤਾ ਗਿਆ ਸੀ ਧਰਮ ਦੇ ਆਧਾਰ ਉੱਤੇ, ਪਰ ਜਿਹੜੀ ਇਹ ਕੌਮੀਅਤਾਂ ਦੀ ਲੜਾਈ ਹੈ ਜਾਂ ਕੌਮੀਅਤ ਹਿੱਸਾ ਵਾ, ਉਹ ਵੀ ਮੰਨਦੇ ਨੇ ਕਿ ਸਾਡੇ ਨਾਲ ਕਿਤੇ ਨਾ ਕਿਤੇ ਭੇਦਭਾਵ ਹੋ ਰਿਹਾ। ਹੁਣ ਪਾਕਿਸਤਾਨ ਦੇ ਮੇਨ ਪੰਜ ਸੂਬੇ ਨੇ ਜਿਹਦੇ ਵਿੱਚ ਆਪਾਂ ਆਜ਼ਾਦ ਕਸ਼ਮੀਰ ਨੂੰ ਮਿਲਾ ਦਈਏ ਤਾਂ ਸਨੇ ਪੰਜ ਬਣਦੇ ਨੇ, ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ, ਉਹ ਪੰਜ ਚਾਰ ਸੂਬੇ ਨੇ, ਕਿਉਂਕਿ ਆਜ਼ਾਦ ਕਸ਼ਮੀਰ ਨੂੰ ਆਜ਼ਾਦ ਕਹਿੰਦੇ ਨੇ, ਆਪਣਾ ਸੂਬਾ ਨਹੀਂ ਮੰਨਦੇ ਲੇਕਿਨ ਆਪਣੇ ਅਧਿਕਾਰ ਹੇਠਾਂ ਹੈਗਾ। ਹੁਣ ਆਜ਼ਾਦ ਕਸ਼ਮੀਰ ਵੀ ਕਹਿ ਰਿਹਾ, ਕਿਉਂਕਿ ਇੱਕ ਤਾਂ ਇੰਡੀਆ ਵਾਲਾ ਕਸ਼ਮੀਰ ਲੜ ਰਿਹਾ ਵੀ ਭਾਈ ਸਾਨੂੰ ਹੱਕ ਨਹੀਂ ਮਿਲੇ, ਆਜ਼ਾਦ ਕਸ਼ਮੀਰ ਕਹਿੰਦਾ ਵੀ ਪਾਕਿਸਤਾਨ ਨੇ ਸਾਨੂੰ ਆਪ ਦੇ ਅੰਡਰ ਤਾਂ ਕਰ ਲਿਆ, ਜਿਹੜੀ ਜੇ ਆਪਾਂ ਨਿਰਪੱਖ ਆਵਾਜ਼ ਦੇਖੀਏ, ਪਰ ਕਹਿੰਦੇ ਸਾਡਾ ਕਲਚਰ, ਸਾਡਾ ਜਿਹੜਾ ਹੈਗਾ ਵਾ ਹੋਰ, ਸਾਡੀ ਸਭਿਅਤਾ, ਸਾਡੇ ਸਾਡਾ ਜਿਹੜਾ ਲੋਕ ਯਾਨ ਆ ਉਹ ਇਹ ਖਾਈ ਜਾ ਰਿਹਾ ਹੈਗਾ। ਅੱਛਾ ਹੁਣ ਆ ਗਿਆ, ਕਿਉਂਕਿ ਪਾਕਿਸਤਾਨ ਬਣਿਆ ਹੋਇਆ ਧਰਮ ਦੇ ਆਧਾਰ ਦੇ ਉੱਤੇ, ਉਹਨੇ ਜਿਵੇਂ ਆਪਣੇ ਭਾਰਤ ਵਿੱਚ ਆਪਾਂ ਅਨੇਕਤਾ ਚ ਏਕਤਾ ਤਾਂ ਕਹਿ ਦਿੰਦੇ ਹਾਂ, ਪਰ ਬੀਜੇਪੀ ਵਰਗੀ ਪਾਰਟੀ ਜਾਂ ਉਰੇ ਦਾ ਜਿਹੜਾ ਸਿਸਟਮ ਹੈ ਉਹ ਇੱਕ ਰੂਪ ਤਾਂ ਥੋਪਣਾ ਚਾਹੁੰਦਾ, ਉਸੇ ਤਰ੍ਹਾਂ ਪਾਕਿਸਤਾਨ ਵੀ ਕਹਿੰਦਾ ਵੀ ਅਸੀਂ ਜੇ ਇਸਲਾਮੀ ਝੰਡੇ ਸਾਡੇ ਤਾਂ ਬਣੇ ਆ, ਪਰ ਅਸੀਂ ਵੀ ਇੱਕ ਬੋਲੀ ਉਰਦੂ, ਇੱਕ ਕਲਚਰ ਇਸਲਾਮਿਕ, ਉਹ ਸਾਰੇ ਮੁਲਕ ਤੇ ਥੋਪ ਲਈਏ, ਜਿਹੜੀ ਉੱਥੇ ਦੀ ਰਹਿਤਲ ਦੀ ਜਿਹੜੀ ਤਸਵੀਰ ਹੈ ਉਹ ਬਿਲਕੁਲ ਸਾਡੇ ਮੁਲਕ ਕਰ ਗਈ, ਕਿਉਂਕਿ ਸਾਡੇ ਮੁਲਕ ਚ ਤਾਂ ਅਲੱਗ ਹੋਇਆ, ਉੱਥੇ ਹੁਣ ਪੰਜਾਬੀ ਅਸਲੀ ਗੁੱਸੇ ਨੇ, ਹਾਲਾਂਕਿ ਪੰਜਾਬੀਆਂ ਨੇ ਉੱਥੇ ਵੱਡੀ ਗਿਣਤੀ ਹੈ ਪੰਜਾਬੀਆਂ ਦੀ, ਉਹਨਾਂ ਦੇ ਆਰਥਿਕ ਸਿਸਟਮ ਉੱਤੇ, ਉਹਨਾਂ ਦੇ ਉੱਤੇ, ਉਹਨਾਂ ਦੇ ਫੌਜੀ ਸਿਸਟਮ ਉੱਤੇ ਕਾਬਜ ਹੋਏ ਹੋਏ ਨੇ, ਲੇਕਿਨ ਉਹਨਾਂ ਦੀ ਜਦੋਂ ਆਉਂਦੀ ਆ ਲੈਂਗੁਏਜ ਦੀ ਗੱਲ, ਉਹ ਉੱਥੇ ਉਹ ਕਹਿੰਦੇ ਨੇ ਸਾਡੇ ਨਾਲ ਪੰਜਾਬੀ ਨਾਲ ਧੋਖਾ ਹੋ ਰਿਹਾ, ਹੋ ਰਿਹਾ ਕਲਚਰ ਨਾਲ ਹੋ ਰਿਹਾ, ਇਹ ਇੱਕ ਇਸ਼ੂ ਹੈਗਾ। ਹਾਲਾਂਕਿ ਪੋਲੀਟੀਕਲ ਸਿਸਟਮ ਉੱਤੇ ਪੰਜਾਬੀ ਛਾਏ ਹੋਏ ਨੇ ਵੀ ਇੱਕ ਆਪਣੇ ਆਪ ਚ ਵਿਰੋਧ ਦਾ ਭਾਸ਼ਾ ਦੇ ਬਾਰੇ ਕਦੇ ਫੇਰ ਗੱਲ ਕਰੂੰਗਾ। ਇਸੇ ਤਰ੍ਹਾਂ ਸਿੰਧੀ ਆ, ਸਿੰਧੀ ਕਹਿੰਦੇ ਨੇ ਕਿ ਸਾਡੇ ਇਲਾਕਿਆਂ ਵਿੱਚ ਉੱਥੇ ਪੰਜਾਬੀ ਆ ਕੇ ਗੁੰਡਾਗਰਦੀ ਕਰਦੇ ਨੇ, ਹਨਾ, ਸਾਨੂੰ ਮਤਲਬ ਕੁੱਟਦੇ ਮਾਰਦੇ ਨੇ ਤੇ ਸਾਡੀ ਚੱਲਣ ਨਹੀਂ ਦਿੰਦੇ ਹੈਗੇ। ਹੁਣ ਆ ਗਿਆ ਬਲੋਚਿਸਤਾਨ, ਬਲੋਚਿਸਤਾਨ ਵੀ ਵਿੱਚ ਵੀ ਇਹ ਸਮੱਸਿਆ ਰਹੀ ਹੈ, ਕਿਉਂਕਿ ਬਲੋਚਿਸਤਾਨ ਦੀ ਕਹਾਣੀ ਥੋੜੀ ਜਿਹੀ ਆਏ ਹੈ ਕਿ ਜਦੋਂ ਇੰਡੀਆ ਪਾਕਿਸਤਾਨ ਨੇ ਬਣਨਾ ਸੀ ਨਾ, ਉਦੋਂ ਇੱਕ ਸਾਡੇ ਇੱਕ ਗਾਂਧੀ ਸੀ ਨਾ, ਉਹਨਾਂ ਦੇ ਕੋਲ ਵੀ ਗਾਂਧੀ ਸੀ, ਉਹਨੂੰ ਸਰਹੱਦੀ ਗਾਂਧੀ ਹੁੰਦਾ ਸੀਗਾ, ਉਹ ਸਰਹੱਦੀ ਗਾਂਧੀ ਜਿਹੜਾ ਸੀਗਾ ਉਹ ਪਾਕਿਸਤਾਨ ਦੇ ਵਿੱਚ ਜਾਣ ਦਾ ਹਮਾਇਤੀ ਨਹੀਂ ਸੀਗਾ, ਉਹ ਇੱਕ ਸੈਕੂਲਰ ਬੰਦਾ ਸੀਗਾ। ਉੱਥੇ ਬਲੋਚਿਸਤਾਨ ਦੇ ਵਿੱਚ ਇੱਕ ਆਵਾਜ਼ ਰਹੀ ਹੈ ਵੀ ਅਸੀਂ ਪਾਕਿਸਤਾਨ ਨਾਲ ਨਹੀਂ ਰਹਿਣਾ ਹੈਗਾ, ਇਹ ਹੁਣ ਵੀ ਉਹ ਆਵਾਜ਼ ਚੱਲਦੀ ਰਹੀ ਹੈ, ਹੁਣ ਵੀ ਹੈਗੀ ਹੈ। ਅੱਛਾ ਉਹਦੇ ਵਿੱਚ ਕੀ ਹੈ ਕਿ ਸਰਹੱਦੀ ਗਾਂਧੀ ਤੋਂ ਬਾਅਦ ਫਿਰ ਉੱਥੇ ਜਿਹੜਾ ਲਗਾਤਾਰ ਕਾਫੀ ਬਲੋਚਿਸਤਾਨ ਨੂੰ ਨਾ ਛੋਟਾ ਸੂਬਾ ਵਾ ਉਹਨੂੰ ਵਿਕਾਸ ਤੋਂ ਵੇਰਵੇ ਰੱਖਿਆ ਗਿਆ, ਬਿਲਕੁਲ ਬਹੁਤ ਭੈੜਾ ਹਾਲ ਆ ਉੱਥੇ। ਫਿਰ ਉੱਥੇ ਕੁਝ ਪ੍ਰੋਜੈਕਟ ਉਹਨਾਂ ਦੀ ਸੈਂਟਰ ਗਵਰਨਮੈਂਟ ਨੇ ਪਾਕਿਸਤਾਨ ਨੇ ਲਿਆਂਦਾ, ਜਿਵੇਂ ਗਵਾਦਰ ਪ੍ਰੋਜੈਕਟ ਸੀਗਾ ਉਹ, ਹੁਣ ਗਵਾਦਰ ਪ੍ਰੋਜੈਕਟ ਚ ਬਣਨਾ ਸੀ, ਉਹਦੇ ਵਿੱਚ ਜ਼ਿਆਦਾਤਰ ਜਿਹੜੇ ਮਜ਼ਦੂਰ ਸੀ ਉਹ ਪੰਜਾਬ ਵਾਲੇ ਸੀ। ਹੁਣ ਉਹਨਾਂ ਦਾ ਇਤਰਾਜ਼ ਇਹ ਸੀਗਾ ਵੀ ਬਈ ਜੇ ਸਾਡੇ ਸੂਬੇ ਦਾ ਕੋਈ ਪ੍ਰੋਜੈਕਟ ਹੋਵੇ ਉਹਦੇ ਵਿੱਚ ਕੋਈ ਸਨਅਤ ਲੱਗਣੀ ਹੈ, ਕੁਛ ਹੋਰ ਹੋਵੇ, ਮਜ਼ਦੂਰ ਪੰਜਾਬ ਦੇ ਆ ਰਹੇ ਹੈਗੇ ਨੇ, ਇਹ ਕਿਉਂ ਆ ਰਹੇ ਨੇ? ਠੀਕ ਹੈ, ਹੁਣ ਇਸ ਕਰਕੇ ਉਹ ਖਿੱਚ ਵਿੱਚ ਉਹਨਾਂ ਨੇ ਕਈ ਵਾਰ ਉੱਥੇ ਦੇ ਪੰਜਾਬੀ ਮਜ਼ਦੂਰਾਂ ਉੱਤੇ ਹਮਲੇ ਵੀ ਕੀਤੇ ਆ। ਆਪਣੀਆਂ
ਉੱਥੇ ਜਿਹੜੀਆਂ ਬੇਸਿਕ ਲੋੜਾਂ ਸੀਗੀਆਂ ਉਹਨਾਂ ਦੀਆਂ ਉਹਨੂੰ ਲੈ ਕੇ ਬਲੋਚੀ ਸੰਘਰਸ਼ ਕਰ ਰਹੇ ਸੀ। ਹੁਣ ਇਸ ਸੰਘਰਸ਼ ਵਿੱਚੋਂ ਇੱਕ ਇਹਨਾਂ ਦਾ ਆਗੂ ਉੱਭਰਦਾ ਹੈਗਾ ਨਵਾਬ ਅਕਬਰ ਖਾਂ ਬੁਗਤੀ। ਬੁਗਤੀ ਬੁਗਤੀ ਜਿਹੜਾ ਹੈਗਾ 2006 ਦੇ ਵਿੱਚ ਮਾਰਿਆ ਗਿਆ ਸੀਗਾ। ਮੈਂ ਉਸ ਸਮੇਂ ਮੈਨੂੰ ਲੱਗਦਾ ਪੰਜਾਬੀ ਪੱਤਰਕਾਰੀ ਚ ਮੈਂ ਪਹਿਲਾ ਪੱਤਰਕਾਰ ਹੋਵਾਂਗਾ ਜਿਹੜਾ ਜਿਹੜੇ ਨਵੰਬਰ 2005 ਦੇ ਵਿੱਚ ਬਲੋਚਿਸਤਾਨ ਦੇ ਮਸਲੇ ਉੱਤੇ ਇੱਕ ਲੇਖ ਲਿਖਿਆ ਸੀ ਬਹੁਤ ਵੱਡਾ। ਉਹ ਪੰਜਾਬ ਦੇ 3 ਅਖਬਾਰਾਂ ਛਪਿਆ ਸੀਗਾ, ਪੰਜਾਬੀ ਟ੍ਰਿਬਿਊਨ ਚ, ਦੇਸ਼ ਸੇਵਕ, ਨਵਾਂ ਜ਼ਮਾਨਾ ਦੇ ਵਿੱਚ। ਤੇ ਉਹਦੇ ਉਦੋਂ ਹੋਇਆ ਸੀ ਕਿ ਉਦੋਂ ਮੁਕਤੀ ਨੇ ਇੱਕਦਮ ਪਰਵੇਜ਼ ਮੁਸ਼ਰਫ ਦਾ ਸਮਾਂ ਸੀਗਾ, ਉਹਨੇ ਹਮਲਾ ਕਰ ਦਿੱਤਾ ਉਹਨਾਂ ਦੇ ਜਿਹੜੇ ਕੈਪਟਨ ਦੇ ਉੱਤੇ। ਉਦੋਂ ਮੇਜਰ ਸ਼ਮੀਮ ਨਾਵਾ ਕੈਪਟਨ ਹੁੰਦਾ ਸੀਗਾ, ਉਹਨਾਂ ਦੇ ਉੱਤੇ ਹਮਲਾ ਕੀਤਾ। ਫਿਰ ਪਰਵੇਜ਼ ਮੁਸ਼ਰਫ ਇਸ ਹੱਦ ਤੱਕ ਆ ਗਿਆ ਕਿ ਉਹਨੇ ਆਪਣੀ ਫੌਜ ਭੇਜ ਕੇ ਨਵਾਬ ਅਕਬਰ ਖਾਂ ਮੁਕਤੀ ਉਹਦੇ ਤੋਹੇ ਪੋਤੇ ਨੂੰ ਮਰਵਾ ਦਿੱਤਾ। ਉਦੋਂ ਇੰਨਾ ਪੀਕ ਤੇ ਆ ਗਿਆ ਕਿ ਫਿਰ ਕਹਾਣੀ ਇੱਥੇ ਚਲੀ ਗਈ ਕਿ ਪਾਕਿਸਤਾਨ ਦੋਸ਼ ਲਾਉਂਦਾ ਰਿਹਾ ਵੀ ਜਿਹੜਾ ਬਲੋਚਿਸਤਾਨ ਆ ਉਹਦੇ ਸੰਘਰਸ਼ ਨੂੰ ਇੰਡੀਆ ਹਮਾਇਤ ਦੇ ਰਿਹਾ ਹੈਗਾ, ਤੇ ਹੋ ਸਕਦਾ ਕਿ ਅੰਦਰ ਖਾਤੇ ਦਿੰਦਾ ਵੀ ਹੋਵੇ। ਤੇ ਦੂਜੇ ਪਾਸੇ ਬਲੋਚਿਸਤਾਨ ਵਾਲੇ ਕਹਿੰਦੇ ਨੇ ਕਿ ਨਹੀਂ, ਅਸਲ ਵਿੱਚ ਇਹ ਜਿਹੜਾ ਸੰਘਰਸ਼ ਹੈ ਇਹਨੂੰ ਅਸਲ ਵਿੱਚ ਇਹ ਸਾਡਾ ਖੁਦ ਦਾ ਆਪਣਾ ਸੰਘਰਸ਼ ਹੈਗਾ, ਇਹਨੂੰ ਕੋਈ ਹਮਾਇਤ ਨਹੀਂ ਦੇ ਰਿਹਾ। ਉਦੋਂ ਮੈਂ ਇੱਕ ਗੱਲ ਆਖੀ ਸੀ ਉਸ ਆਰਟੀਕਲ ਦੇ ਵਿੱਚ ਵੀ ਕਿ ਜਿਹੜਾ ਪਾਕਿਸਤਾਨ ਦੀ ਫਿਤਰਤ ਇਹ ਹੈ ਨਾ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਖੇਤਰਵਾਦ ਖੇਤਰ ਪ੍ਰਸਤੀ ਹੈ ਨਾ ਜਿਹਦੀ ਖੇਤਰ ਦੀ ਖੇਤਰ ਪ੍ਰਸਤੀ ਹੈ ਉਹਦਾ ਸੁਭਾਅ ਸੈਕੂਲਰ ਹੈਗਾ। ਤੇ ਉਹ ਮਤਲਬ ਸੈਕੂਲਰ ਆ, ਜੇ ਉਹ ਖੇਤਰ ਪ੍ਰਸਤੀ ਦਾ ਵਾਰ ਹੁੰਦਾ ਤਾਂ ਉਹ ਜਿਹੜੀ ਧਾਰਮਿਕ ਹਿੰਸਾ ਪਸੰਦ ਦੇ ਉੱਤੇ ਵਾਰ ਕਰੂਗਾ। ਮੈਂ ਉਦੋਂ ਉਸ ਸਮੇਂ ਪੰਜਾਬੀ ਟ੍ਰਿਬਿਊਨ ਚ 2006 ਚ ਆਰਟੀਕਲ ਲਿਖਿਆ ਸੀ, ਜਿਹਦੇ ਵਿੱਚ ਇਹੀ ਚੀਜ਼ ਨੂੰ ਉਭਾਰਿਆ ਸੀਗਾ। ਫਿਰ ਉਹ ਹੋਇਆ ਕਿ ਇਹ ਸਾਰੇ ਦੇ ਵਿੱਚ ਫਿਰ ਲਗਾਤਾਰ ਸਟੇਟ ਦੇ ਹਮਲੇ ਜਾਰੀ ਰਹੇ। ਉਹਦੇ ਵਿੱਚੋਂ ਇੱਕ ਕਰੀਮਾ ਬਲੋਚਨਾ ਦੀ ਨੌਜਵਾਨ ਕੁੜੀ ਸੀਗੀ, 35 ਸਾਲ ਉਮਰ ਹੈ, ਇਹਨੂੰ ਫਿਰ ਕੁਝ ਸਾਲ ਪਹਿਲਾਂ ਇਹਨੇ ਕੈਨੇਡਾ ਦੇ ਵਿੱਚ ਆਪਣੀ ਸ਼ਰਨ ਲਈ ਜੀ, ਤੇ ਇਹੀ ਹਮਲਿਆਂ ਦੇ ਕਰਕੇ। ਹੁਣ ਵਿੱਚ ਵੀ ਹੋਇਆ ਸੀ ਕਿ ਮੋਦੀ ਨੇ 3 ਸਾਲ ਪਹਿਲਾਂ ਦੇਖਿਆ ਵੀ ਜਿਵੇਂ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਤੇ ਕਸ਼ਮੀਰੀਆਂ ਨੂੰ ਸਹਿ ਦੇ ਰਿਹਾ, ਕਿਉਂ ਨਾ ਮੈਂ ਵੀ ਬਲੋਚਿਸਤਾਨ ਦਾ ਮੁੱਦਾ ਚੱਕਦੇ ਬਲੋਚਿਸਤਾਨ ਦਾ ਮੁੱਦਾ ਚੱਕਿਆ ਵੀ ਬਲੋਚਿਸਤਾਨ ਨੂੰ ਵੀ ਆਜ਼ਾਦੀ ਚਾਹੀਦੀ ਆ। ਉਦੋਂ ਇੰਡੀਆ ਚ ਤਾਂ ਵਿਰੋਧ ਹੋਇਆ ਕਿ ਭਾਈ ਤੂੰ ਇਹ ਮੂਰਖਤਾ ਇਸ ਲਈ ਕੀਤੀ ਹੈ ਮੋਦੀ, ਕਿਉਂਕਿ ਪਾਕਿਸਤਾਨ ਤਾਂ ਹੁਣ ਤੱਕ ਦੋਸ਼ ਲਾਉਂਦਾ ਰਿਹਾ ਵੀ ਇੰਡੀਆ ਚੱਕੀ ਜਾ ਰਿਹਾ ਹੈਗਾ ਵੀ ਬਲੋਚਿਸਤਾਨ ਨੂੰ, ਹੁਣ ਤੂੰ ਇਹ ਨੰਗੇ ਚੱਕੇ ਤੌਰ ਤੇ ਐਕਸਪੋਜ਼ ਹੋ ਗਿਆ ਵੀ ਤੂੰ ਤੈਨੂੰ ਇਹ ਗੱਲ ਕਿਉਂ ਕੀਤੀ, ਤੂੰ ਇਹ ਗੱਲ ਫਿਰ ਤੈਨੂੰ ਇਸ ਗੱਲ ਦਾ ਵੀ ਕੋਈ ਹੱਕ ਨਹੀਂ ਹੈਗਾ ਕਸ਼ਮੀਰ ਵਾਲੇ ਮੁੱਦੇ ਤੇ ਜੇ ਪਾਕਿਸਤਾਨ ਕਸ਼ਮੀਰ ਦੀ ਹਿਮਾਇਤ ਕਰਦਾ। ਠੀਕ ਹੈ, ਤੋ ਉਦੋਂ ਮੋਦੀ ਦੀ ਕਾਫੀ ਨੁਕਤਾਚੀਨੀ ਹੋਈ, ਇੰਡੀਆ ਦੇ ਸੈਕੂਲਰ ਲੋਕਾਂ ਨੇ ਵੀ ਨੁਕਤਾਚੀਨੀ ਕੀਤੀ। ਉਹਨਾਂ ਦਿਨਾਂ ਵਿੱਚ ਕਰੀਮਾ ਬਲੋਚ ਹੈ ਜਿਹੜੀ ਉਹ ਇਸ ਗੱਲੋਂ ਬੜੀ ਖੁਸ਼ ਹੋ ਗਈ ਵੀ ਮੋਦੀ ਨੇ ਜਿਹੜਾ ਹੈਗਾ ਬੜੀ ਸਪੋਰਟ ਕੀਤੀ ਹੈ ਜੀ, ਉਹਨੇ ਨਾ ਮਤਲਬ ਕੀ ਕੀਤਾ ਮੋਦੀ ਨੂੰ ਇੱਕ ਰੱਖੜੀ ਵੀ ਭੇਜੀ ਉਸ ਸਮੇਂ ਤੇ ਚਰਚਾ ਦੇ ਵਿੱਚ। ਹਾਂ ਹੋਇਆ ਉਦੋਂ ਵੀ ਫਿਰ ਕੁਝ ਬੁੱਧੀਜੀਵੀ ਜਿਹੜੇ ਸੈਕੂਲਰ ਸੀ ਦੋਹੇ ਪਾਸੇ ਦੇ ਉਹ ਕਹਿੰਦੇ ਕਿ ਦੇਖੋ ਠੀਕ ਹੈ ਕਿ ਮੋਦੀ ਨੇ ਆਪਣੇ ਮੌਕਾ ਮੋਦੀ ਜਿਹੜਾ ਬਲੋਚੀਆਂ ਦੇ ਹੱਕ ਦੇ ਵਿੱਚ ਆਵਾਜ਼ ਉਠਾ ਰਿਹਾ ਇਹਨੂੰ ਸਮਝੋ, ਕਿਉਂਕਿ ਜੇ ਮੋਦੀ ਇਮਾਨਦਾਰ ਹੈ ਤਾਂ ਕੀ ਜਿਹੜਾ ਇੰਡੀਆ ਦੇ ਵਿੱਚ ਜਿਹੜੀਆਂ ਕੌਮੀਅਤਾਂ ਦਾ ਸੰਘਰਸ਼ ਚੱਲ ਰਿਹਾ ਕੀ ਮੋਦੀ ਉਹਨੂੰ ਫੋਲੋ ਕਰਦਾ ਨਹੀਂ ਕਰਦਾ ਹੈਗਾ। ਇੰਡੀਆ ਨੂੰ ਤਾਂ ਬੰਦਾ ਜਿਹੜਾ ਖੁਦ ਇੱਕ ਰੂਪ ਦੇ ਵਿੱਚ ਰੰਗਣਾ ਚਾਹੁੰਦਾ ਹੈਗਾ, ਤੁਸੀਂ ਮੋਦੀ ਤੋਂ ਕੀ ਆਸ ਰੱਖਦੇ ਹੋ। ਇੱਕ ਡਿਬੇਟ ਚੱਲੀ ਸੀਗੀ ਕਿਉਂਕਿ ਇਹਦਾ ਸ਼ਿਕਾਰ ਬਹੁਤ ਸਾਰੇ ਨਾ ਪਾਕਿਸਤਾਨ ਦੇ ਲਿਬਰਲ ਬੁੱਧੀਜੀਵੀ ਹੁੰਦੀ ਹੈ, ਬਹੁਤ ਸਾਰੇ ਏਦਾਂ ਦੇ ਲੋਕਾਂ ਨੂੰ ਨਾ ਇੱਕ ਆਦਤ ਹੈ ਕਿ ਸਾਨੂੰ ਨਾ ਜਿਵੇਂ ਮੰਨ ਲਓ ਕਿ ਪਾਕਿਸਤਾਨ ਦੇ ਕਈ ਬੰਦੇ ਨੇ ਜਿਹੜੇ ਸੈਕੂਲਰ ਕਹਾਉਂਦੇ ਨੇ ਵੀ ਅਸੀਂ ਇਸਲਾਮੀ ਕੱਟੜਪੰਥੀ ਨੂੰ ਠੋਕਣਾ, ਇਸ ਲਈ ਅਸੀਂ ਮੋਦੀ ਦਾ ਸਹਾਰਾ ਲੈ ਲਈਏ। ਇਹਨਾਂ ਦੇ ਮੇਰੇ ਵੀ ਮਿੱਤਰ ਨੇ ਪਾਕਿਸਤਾਨ ਮਿਲਦੇ ਮਿਲਦੇ ਤੋਂ ਸਾਰੇ ਪਾਸੇ ਇਹੋ ਜਿਹੇ ਹੁੰਦੇ ਨੇ ਜੀ। ਕਰੀਮਾ ਮੁਕਤੀ ਆ ਗਈ ਉੱਥੇ, ਉਹਨਾਂ ਦੀ ਕੁਝ ਚਿਰ ਪਹਿਲਾਂ ਹੋ ਗਈ ਮੌਤ। ਉਹਦੀ ਮੌਤ ਦੇ ਬਾਰੇ ਇੰਡੀਆ ਦੇ ਮੀਡੀਆ ਨੇ ਖਬਰ ਚਲਾਈ ਵੀ ਇਹਨੂੰ ਤਾਂ ਜੀ ਮਾਰ ਦਿੱਤਾ ਗਿਆ, ਇਹਨੂੰ ਤਾਂ ਕੈਨੇਡੀਅਨ ਗਵਰਨਮੈਂਟ ਦੀ ਕੋਈ ਸਾਜਿਸ਼ ਹੋ ਗਈ ਵਗੈਰਾ ਵਗੈਰਾ। ਉਹਦਾ ਕਾਰਨ ਸਾਫ਼ ਹੈ ਕਿ ਜਸਟਿਨ ਟਰੂਡੋ ਕਿਸਾਨੀ ਦੇ ਮਸਲੇ ਤੇ ਹੋਰਨਾਂ ਮਸਲਿਆਂ ਦੇ ਉੱਤੇ ਆਵਾਜ਼ ਬੁਲੰਦ ਕਰਦਾ ਆਇਆ ਹੈਗਾ, ਉਹਨੂੰ ਘੇਰਨ ਦਾ ਮੌਕਾ ਮਿਲ ਗਿਆ। ਉਧਰੋਂ ਪਾਕਿਸਤਾਨ ਨੂੰ ਵੀ ਮੌਕਾ ਮਿਲ ਗਿਆ,
ਪਾਕਿਸਤਾਨ ਨੇ ਦੋਸ਼ ਲਾ ਦਿੱਤਾ ਜੀ ਇਹਨੂੰ ਰਾਹ ਨੇ ਜਿਹੜਾ ਹੈਗਾ ਮਰਵਾਇਆ ਹੋਊਗਾ ਤਾਂ ਜੋ ਕਿ ਇੰਡੀਆ ਆਪਣੀ ਪੋਲਿਟਿਕਸ ਖੇਡ ਸਕੇ ਨਾ। ਹਾਲਾਂਕਿ ਇਹਦੇ ਮੇਰਾ ਕੋਈ ਤੁੱਕ ਜੁੜਦੀ ਨਹੀਂ, ਪਰ ਏਦਾਂ ਹੋ ਗਿਆ ਹੁਣ। ਜਿਹੜੀ ਕੈਨੇਡੀਅਨ ਪੁਲਿਸ ਦੀ ਜਿਹੜੀ ਰਿਪੋਰਟ ਆ ਉਹ ਦੱਸ ਰਹੀ ਹੈ ਕਿ ਇਸ ਬੀਬੀ ਦੀ ਜਿਹੜੀ ਮੌਤ ਹੋਈ ਆ ਇਹ ਮੌਤ ਇੱਕ ਮਹਿਜ਼ ਜਿਹੜਾ ਇੱਕ ਆਪਣੇ ਆਪ ਹੋਈ ਆ, ਮਿੱਤਰ ਉਹਦਾ ਕੋਈ ਵੀ ਕਾਰਨ ਹੋ ਸਕਦਾ ਕਿਉਂਕਿ ਉਹ ਕੈਨੇਡਾ ਵਾਲੀ ਪੁਲਿਸ ਵਾਲੇ ਤਾਂ ਹੈ ਨੀ ਗੀ, ਜਾਂ ਕੈਨੇਡਾ ਵਾਲਾ ਮੀਡੀਆ ਆਪਣੇ ਇੰਡੀਆ ਵਰਗਾ ਤਾਂ ਹੈ ਨੀ ਗਾ ਵੀ ਝੱਟ ਦੱਸ ਦੂਗਾ ਜਿਵੇਂ ਇਹਨਾਂ ਨੇ ਸੁਸ਼ਾਂਤ ਵਾਲੇ ਮੁੱਦੇ ਤੇ ਬੋਲਦੇ ਰਹੇ। ਉੱਥੇ ਉਹਦੇ ਵੀ ਨਿੱਜੀ ਕਾਰਨ, ਮਤਲਬ ਕੋਈ ਵੀ ਅਗਲੇ ਨੇ ਕੋਈ ਡਰੱਗ ਕੀਤੀ ਹੋਵੇ, ਕੋਈ ਫੈਮਿਲੀ ਦਾ ਚੱਕਰ ਹੋਵੇ, ਕੁਛ ਵੀ ਹੋ ਸਕਦਾ, ਲੇਕਿਨ ਉਹਦੀ ਉਹਨੂੰ ਹੱਤਿਆ ਨੀ ਹੋਈ ਕੈਨੇਡੀਅਨ ਪੁਲਿਸ ਦੀ ਜਿਹੜੀ, ਕਤਲ ਨੀ ਹੋਇਆ, ਕਤਲ ਨੀ ਹੈ, ਕਤਲ ਨੀ ਹੋਇਆ ਹੈਗਾ। ਸੋ ਇਸ ਮੁੱਦੇ ਉੱਤੇ ਇੰਡੀਆ ਵਾਲਾ ਮੀਡੀਆ ਲਗਾਤਾਰ ਟਰੂਡੋ ਦੇ ਦੁਆਲੇ ਹੋਇਆ, ਉਹਨਾਂ ਨੂੰ ਲੱਗਦਾ ਕਿ ਦੇਖੋ ਜੀ ਤੁਹਾਡੇ ਜਿਹੜਾ ਪਲੋਚ ਆਗੂ ਨੂੰ ਤੁਸੀਂ ਸਹੀ ਨਹੀਂ ਰੱਖ ਸਕੇ ਵਗੈਰਾ ਵਗੈਰਾ, ਏਦਾਂ ਦੀ ਜਿਹੜੀ ਉਹ ਬਕਵਾਸ ਚੱਲੀ ਜਾ ਰਹੀ ਹੈ। ਉਹ ਮੈਂ ਸਾਰੀ ਚੀਜ਼ ਨੂੰ ਸਮਝਾਉਣ ਲਈ ਤਾਂ ਤੁਹਾਨੂੰ ਅੱਗਾ ਪਿੱਛਾ ਸਮਝਾਇਆ ਸੀਗਾ ਵੀ ਬਲੋਚਿਸਤਾਨ ਦਾ ਮਸਲਾ ਹੈ ਕੀ ਹੈ। ਜੀ 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 ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਵਿੰਦਰ ਜੀ, ਸ਼ੁਕਰੀਆ, ਮਿਹਰਬਾਨੀ, ਸ਼ੁਕਰੀਆ ਜੀ। ਸੋ ਇਹ ਸਨ ਸ਼ਵਿੰਦਰ ਜੀ, ਸੋ ਪੂਰੀ ਗੱਲ ਜਿਹੜੀ ਹੈ ਤੁਹਾਨੂੰ ਕਰੀਮਾ ਬਲੋਚ ਵਾਲੀ ਅਤੇ ਸਾਰੀ ਗੱਲ ਬੜੀ ਵਿਸਥਾਰ ਨਾਲ ਸੁਣਾਈ। ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਪਲੀਜ਼ ਜਦੋਂ ਥੋੜ੍ਹੀ ਦੇਰ ਬਾਅਦ ਪ੍ਰੋਗਰਾਮ ਤੋਂ ਬਾਅਦ ਯੂਟਿਊਬ ਚੈਨਲ ਦੇ ਉੱਤੇ ਅਵੇਲੇਬਲ ਹੋਏਗੀ, ਤੁਸੀਂ ਇਹਨੂੰ ਵੱਧ ਤੋਂ ਵੱਧ ਲਾਈਕ ਕਰਨਾ, ਇਹਦੇ ਉੱਤੇ ਕਮੈਂਟ ਵੀ ਕਰਨਾ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਮੇਰੇ ਨਾਲ ਡਾਕਟਰ ਸ਼ਿੰਦਰ ਕੌਰ ਹੋਰੀ ਹੁਣ ਜੁੜਨਗੇ। ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ, ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ, ਹੋਮ ਰਿਟਰਨ ਵਿਦ ਇਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403-404-9595, 403-404-9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ, ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 85560-0-2071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care. JB Truck Repair, Yuba City, Certified Cummins, Detroit Freightliner, Western Star, Volvo, Caterpillar, ਅਤੇ Series 60 Engines, International ਅਤੇ Automatic Transmissions, 5 ਸਾਲ ਦਾ Freightline Dealership ਦਾ Experience, ਇਹ Engine, Truck, Trailer, AC, Electrical, DPF, DEF Repair ਕਰਦੇ ਹਨ, Transmission, Rear End, Brakes, Oil Change ਕਰ ਦਿੰਦੇ ਹਨ, Certified 90-Day DOT Inspection ਅਤੇ Certified Annual Federal DOT Inspection
ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ। ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 1801 Pioneer Street Highway, Exit 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿਲ ਟ੍ਰੈਵਲ ਸੈਂਟਰ, 14814 ਐਲੋਮ ਸਟ੍ਰੀਟ, ਲੋਸਟ ਹਿਲਸ। ਫੋਨ ਨੰਬਰ 601-697-2354। ਜਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਜੇ ਤਿਆਰ ਨਹੀਂ ਹੋਏ। ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨੀ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨੀ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ। DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲੱਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-469-2000 ਜਾਂ ਫਿਰ ਕਾਲ ਕਰੋ 204-777-0460। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ, ਦੋ ਪਰੌਂਠੇ ਸਿਰਫ 4.99 ਚ, ਟਰੱਕ ਡਰਾਈਵਰ ਵੀਰਾਂ ਲਈ 2-GO ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ, ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6615888-6081-885-8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ।